ਪੰਜਾਬੀ ਪੌਡਕਾਸਟ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਸੰਗਤਾਰ ਇਸ ਹਫਤੇ ਪੰਜਾਬੀ ਪੌਡਕਾਸਟ ਦੇ ਵਿੱਚ ਸਾਡੇ ਨਾਲ ਨੇ ਮੰਗਲ ਹਠੂਰ ਜੀ ਬਹੁਤ ਹੀ ਵਧੀਆ ਗੱਲਾਂ ਬਾਤਾਂ ਹੋਈਆਂ ਰੌਚਕ ਗੱਲਾਂ ਬਾਤਾਂ ਹੋਈਆਂ ਜੇ ਤੁਹਾਨੂੰ ਇਹ ਵਧੀਆ ਲੱਗਦੀਆਂ ਨੇ ਤਾਂ ਕਿਸੇ ਨਾ ਕਿਸੇ ਦੇ ਨਾਲ ਇਹਨਾਂ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਤੇ ਆਓ ਜੀ ਸ਼ੁਰੂ ਕਰਦੇ ਹਾਂ ਪੰਜਾਬੀ ਪੌਡਕਾਸਟ ਮੰਗਲ ਜੀ ਕੀ ਹਾਲ ਚਾਲ ਜੀ ਠੀਕ ਆ ਜੀ ਠੀਕ ਆ ਬਹੁਤ ਵਧੀਆ ਬਹੁਤ ਹੀ ਵਧੀਆ ਚਲੋ ਬਹੁਤ ਵਧੀਆ ਚਾਹੀਦਾ ਹਾਂਜੀ ਹਾਂਜੀ ਜਦੋਂ ਆਪਾਂ ਜਾਣ ਪਛਾਣ ਵਾਲੇ ਨਾਲ ਗੱਲ ਕਰਦੇ ਆ ਨਾ ਜੀ ਹਾਂਜੀ ਜੱਦਾ ਹੁਣ ਆਪਾਂ ਪਹਿਲਾਂ ਵੀ ਫੋਨ ਤੇ ਗੱਲ ਕਰਦੇ ਸੀ ਤੇ ਅਸੀਂ ਤਾਂ ਕਈ ਵਾਰੀ ਐਵੇਂ ਗੱਲਾਂ ਕਰੀ ਜਾਂਦੇ ਆ ਤੇ ਫਿਰ ਇਹ ਸੋਚਣਾ ਪੈਂਦਾ ਵੀ ਗੱਲਾਂ ਤਾਂ ਐਵੇਂ ਹੀ ਕਰਨੀਆਂ ਪਰ ਕੁਝ ਨਾ ਕੁਝ ਤਾਂ ਵਿੱਚ ਹੋਵੇ ਹਾਂਜੀ ਹਾਂਜੀ ਉਹਦਾ ਐਪੀਸੋਡ ਬਣੂ ਹਾਂਜੀ ਹਾਂਜੀ ਆ ਕੁਝ ਹੋਵੇ ਤਾਂ ਸਹੀ ਵੀ ਫੇਰ ਹੀ ਆ ਜੀ ਉਹ ਹਾਂਜੀ ਕਿਉਂਕਿ ਅਸੀਂ ਤਾਂ ਚਲੋ ਕਈ ਵਾਰੀ ਉਦਾਂ ਵੀ ਟਾਈਮ ਬਤਾ ਲਈਦਾ ਉਹ ਨਹੀਂ ਵੀ ਪੇਸ਼ ਕਰਨ ਵਾਲੀ ਚੀਜ਼ ਹੁੰਦੀ ਕਈ ਵਾਰੀ ਜੀ ਜਿਹੜੀ ਆ ਗੱਲਾਂ ਆ ਨਾ ਉਹ ਲੋਡ ਕਰਾ ਦਿੰਦੀ ਆ ਆਪਣੀ ਸਾਡੇ ਨਾ ਇੱਕ ਕਰੇ ਆਨੇ ਦੀ ਦੁਕਾਨ ਸੀਗੀ ਜੀ ਗਾਂਧੀ ਦੀ ਪਿੰਡ 'ਚ ਹਮ ਤੇ ਉਹਨੂੰ ਜੇ ਕਿਸੇ ਉਹ ਬੋਲਦਾ ਬਹੁਤ ਘੱਟ ਸੀਗਾ ਹਮ ਤੇ ਜੇ ਕਿਸੇ ਦੇ ਉਹਨੂੰ ਆ ਕੇ ਇੱਕ ਨੇ ਇੱਕ ਜਨਾਨੀ ਨੇ ਪੁੱਛਿਆ ਵੀ ਗਾਂਦੇ ਸਾਬਣ ਹੈਗਾ ਹਾਂ ਤੇ ਉਹ ਐ ਕਰਕੇ ਸਾਰਾ ਹੀ ਹੱਲ ਗਿਆ ਹਨਾ ਉਹ ਕਹਿੰਦੀ ਮਰ ਜਾਣਿਆ ਸਾਰਾ ਹਿੱਲੀ ਜਾਂਦਾ ਕੱਲੀ ਜੀਬ ਵਾਲਾ ਆਪਣੀ ਤੇ ਉਹਦੂ ਉਹ ਬੋਲਦਾ ਬਹੁਤ ਘੱਟ ਸੀ ਤੇ ਉਹ ਮੁੰਡਿਆਂ ਨੇ SLA ਬਣਾ ਲਈ ਵੀ ਅਸੀਂ ਨਾ ਇਹਨੂੰ ਡਰਾਉਣਾ ਆ ਹਾਂ ਤੇ ਇੱਕ ਟੂਬ ਲੈ ਕੇ ਤੇ ਉਹਦੇ ਅ ਪਹਿਲਾਂ ਹੀ ਰੱਖਤੀ ਜੀ ਸੌਦਾ ਲੈਣ ਦੇ ਬਹਾਨੇ ਨਾ ਉਹਦੇ ਕਮਰੇ 'ਚ ਨਾਲ ਧਾਗਾ ਬੰਨ ਲਿਆ ਹਾਂ ਧਾਗਾ ਬੰਨ ਲਿਆ ਤੇ ਮੁੜ ਕੇ ਜਦੋਂ ਰੋਟੀਆਂ-ਰੋਟੀਆਂ ਪਕਾਉਣ ਲੱਗਿਆ ਤੇ ਇੱਕ ਇੱਕ ਜਣਾ ਬਾਹਰ ਬਹਿ ਕੇ ਹੌਲੀ-ਹੌਲੀ ਖਿੱਚਣ ਲੱਪਿਆ ਹਾਂ ਉਹ ਗਾਂਧੀ ਦਾ ਭੜਕ ਕੇ ਬਾਹਰ ਆਇਆ ਜੀ ਹੈ ਨਾ ਜਿਹੜਾ ਬੋਲਦਾ ਨਹੀਂ ਸੀ ਉਹਨੂੰ ਕਦੇ ਗਾਂਧੀ ਕੀ ਹੋਇਆ ਕੀ ਹੋਇਆ ਉਹ ਕਹਿੰਦਾ ਪਹਿਲਾਂ ਮੇਰਾ ਥਾਲ ਹਿੱਲਿਆ ਫਿਰ ਮੇਰਾ ਡੋਲੂ ਹਿੱਲਿਆ ਫਿਰ ਮੇਰਾ ਗਲਾਸ ਡਿੱ ਗਿਆ ਫਿਰ ਮੈਂ ਕਿਹਾ ਸਾਪਾ ਸਾਪਾ ਸਾਪ ਉਹ ਕਿਦਾਵੀਂ ਆ ਨਾ ਜੀ ਕਈ ਬਰੀ ਬੰਦੇ ਨੂੰ ਜਿਹੜੀ ਉਹਦੀ ਜ਼ਰੂਰਤ ਆ ਉਹ ਬੋਲਣ ਲਾ ਦਿੰਦੀ ਆ ਹੈ ਨਾ ਜੀ ਕਈ ਵਾਰੀ ਗਾਂਧੀ ਹੋ ਜਾਂਦਾ ਤੁਸੀਂ ਇਹ ਦੇਖੋ ਜੀ ਜਿਹੜੇ ਨਾ ਰੇਡੀਓ ਤੇ ਡਰਾਮੇ ਪੇਸ਼ ਕਰਦੇ ਹੁੰਦੇ ਸੀਗੇ ਅਸੀਂ ਵਿਵਦ ਭਾਰਤੀ ਰੇਡੀਓ ਤੋਂ ਕਈ ਵਾਰੀ ਡਰਾਮਾ ਸੁਣਨਾ ਰੇਡੀਓ ਤੇ ਹਾਂਜੀ ਉਹ 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 ਵੀ ਇੱਕ ਬਖਰੀ ਕਲਾ ਆ ਜੀ ਕਿਉਂਕਿ ਟੀਵੀ ਤੇ ਤੁਸੀਂ ਬਹੁਤ ਚੀਜ਼ਾਂ ਦਿਖਾ ਸਕਦੇ ਆ ਹਾਂਜੀ 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 ਤੇ ਰੇਡੀਓ ਦੇ ਉੱਤੇ ਉਹਨਾਂ ਨੇ ਜੇ ਕੋਈ ਤੁਰ ਕੇ ਆਣਾ ਤੇ ਉਹਦੇ ਵੀ ਖੜਾਕਾ ਕਰਨਾ ਪੈਣਾ ਤੇ ਜਾ ਕਿਸੇ ਨੂੰ ਕਹਿਣਾ ਪੈਣਾ ਆਹ ਕੌਣ ਆ ਰਿਹਾ ਬਈ ਉਹਨਾਂ ਦਾ ਪਾਤਰ ਚਿਤ੍ਰਨ ਕਰਨਾ ਬੜਾ ਔਖਾ ਜੀ ਕਿੰਨਾ ਔਖਾ ਕੰਮ ਆ ਹੋਣਾ ਜੀ ਕਿਹੜਾ ਜੀ ਜਿਵੇਂ ਮੰਨ ਲਓ ਵੀ ਦੱਸਣਾ ਬੰਦਾ ਕਿੱਦਾਂ ਦਾ ਆ ਰਿਹਾ ਕਿਵੇਂ ਆ ਵੀ ਉਹਦੇ ਬਾਰੇ ਪੂਰੀ ਪੂਰੀ ਤਸਵੀਰ ਪੇਸ਼ ਕਰਨੀ ਹੈ ਨਾ ਜੀ ਪੂਰੀ ਤਸਵੀਰ ਉਹ ਰੇਡੀਓ ਤੇ ਉਹ ਕਰਨੇ ਪੈਂਦੇ ਆ ਤੇ ਕਈ ਵਾਰੀ ਹੁਣ ਅਸੀਂ ਇੰਟਰਵਿਊ ਤੇ ਜਾ ਜਾਈਦਾ ਤੇ ਹਾਂਜੀ ਉਹ ਨਾ ਮੋਹਰੇ ਉਹ ਅਗਲਾ ਬੰਦਾ ਇਹਦਾ ਸੇਰ ਹਲਾਈ ਜਾਂਦਾ ਕਿਸੇ ਗੱਲ ਨੂੰ ਹਾਂਜੀ 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 ਤੇ ਇੱਕ ਵਾਰ ਇਦਾਂ ਹੋਇਆ ਤੇ ਮੈਂ ਹੋਸਟ ਨੂੰ ਕਿਹਾ ਵੀ ਮੈਂ ਕਿਹਾ ਮਹਾਰਾਜ ਤੁਸੀਂ ਸਿਰ ਤਾਂ ਹਲਾਈ ਜਾਂਦੇ ਵੈਸੇ ਤਾਂ ਸ਼ੋਅ ਤੁਹਾਡਾ ਹੀ ਆ ਪਰ ਲੋਕਾਂ ਨੂੰ ਤੁਹਾਡਾ ਸਿਰ ਹਿਲਦਾ ਥੋੜੋ ਦਿਸਦਾ ਇੱਥੇ ਰੇਡੀਓ ਦਾ ਕੁਝ ਬਹੁਤ ਬੋਲ ਲੋ ਵੀ ਕੋਸਾਂ ਜੀ ਆ ਰੇਡੀਓ ਤੇ ਕਿਹੜਾ ਸਿਰ ਹਿਲਣਾ ਦਿਸਣਾ ਉਹੀ ਗੱਲ ਹੋ ਗਈ ਗਾਂਧੀ ਵਾਲੀ ਹਨ ਕਈ ਵਾਰੀ ਇਦਾਂ ਜੀ ਵੀ ਜਿਹੜੀ ਹੱਲਾਸ਼ੇਰੀ ਆ ਬਹੁਤ ਵੱਡੀ ਚੀਜ਼ ਆ ਹੱਲਾਸ਼ੇਰੀ ਜਿਹੜੀ ਹਾਂਜੀ ਤੇ ਕਈ ਵਾਰੀ ਫਿਰ ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਟ ਲੈਂਦੇ ਆ ਹਨਾ ਜੀ ਇੱਕ ਨਾ ਮੈਨੂੰ ਚੁਟਕਲਾ ਸੁਣਾਇਆ ਜੀ ਕਿਸੇ ਨੇ ਬਹੁਤ ਵਧੀਆ ਇਹਦਾ ਕੋਈ ਬੰਦਾ ਪਾਣੀ ਲਈ ਜਾਵੇ ਤਾਂ ਉਹਦੇ ਕੋਲੇ ਦੋ ਜਮਜੂਦ ਆ ਗਏ ਅੱਛਾ ਕਹਿੰਦੇ ਵੀ ਪਾਣੀ ਪਿਆ ਸੰਦੂ ਹਨਾ ਉਹਨਾਂ ਨੇ ਪਾਣੀ ਪਿਆਤਾ ਉਹ ਕਹਿੰਦਾ ਵੀ ਕੌਣ ਹੋ ਤੁਸੀਂ ਉਹਨਾਂ ਨੇ ਦੱਸਿਆ ਸੀ ਅਸੀਂ ਜਮਜੂਦ ਆ ਹਨਾ ਹੀ ਹਾਂ ਤੇ ਅੱਜ ਕਹਿੰਦਾ ਕਿੱਧਰ ਚੱਲੇ ਕਹਿੰਦਾ ਵੀ ਥੋੜੇ ਫਲਾਣੇ ਬੰਦੇ ਨੂੰ ਲੈ ਕੇ ਜਾਣਾ ਸੀ ਅੱਛਾ ਅੱਛਾ ਕਹਿੰਦਾ ਕਹਿੰਦਾ ਕਿ ਤੁਸੀਂ ਬੰਦੇ ਦੀ ਮੰਨ ਵੀ ਲੈਨੇ ਹੋ ਉਹ ਕਹਿੰਦਾ ਵੀ ਉਦਾਂ ਦਾ ਸੀ ਨਹੀਂ ਮੰਨਦੇ ਕਿਸੇ ਵੀ ਬੰਦੇ ਦੀ ਪਰ ਜੇ ਹੁਣ ਤੂੰ ਸਾਨੂੰ ਪਾਣੀ ਪੂਣੀ ਪਿਆਇਆ ਤੇ ਅਸੀਂ ਤੇਰੀ ਗੱਲ ਮੰਨਾਂਗੇ ਜਰੂਰ ਹਨਾ ਅੱਛਾ ਬਈ ਉਹ ਕਹਦਾ ਵੀ ਜਦੋਂ ਫਿਰ ਮੈਨੂੰ ਲੈਣ ਆਏ ਤਾਂ ਮੈਨੂੰ ਨਾ ਸਣੇ ਮੰਝੇ ਚੱਕ ਕੇ ਲੈ ਜਾਇਓ ਮੰਝੇ ਦੇ ਨਾਲ ਹੀ ਲੈ ਕੇ ਜਾਇਓ ਮੈਨੂੰ ਉਹ ਕਹਦਾ ਵੀ ਠੀਕ ਆ ਥੋੜੇ ਦੇ ਚਾਰ ਬਾਅਦ ਫਿਰ ਉਹਦੀ ਵਾਰੀ ਆ ਗਈ ਹਨਾ ਜੀ ਉਹ ਦੰਦੇ ਜਾਣੇ ਉਹ ਆ ਗਏ ਹਾਂ ਤੇ ਆਖੇ ਨਾ ਜਦੋਂ ਉਹਨੂੰ ਦੱਸ ਗਏ ਤੇ ਉਹਨੂੰ ਵੀ ਚੇਤਾ ਆ ਗਿਆ ਵੀ ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਮੰਜੇ ਸਾਂ ਲੈ ਜਾਣਾ ਮੈਨੂੰ ਹਨਾ ਹਾਂ ਹਾਂ ਹੁਣ ਉਹ ਜਦੋਂ ਉਹਨੂੰ ਮੰਜੇ ਤੇ ਬਿਠਾਉਣ ਨੂੰ ਉੱਠ ਕੇ ਕਦੀ ਬਾਹਰ ਨੂੰ ਭੱਜ ਦੇ ਕਦੀ ਆ ਕਲੱਤ ਥੱਲੇ ਲਾ ਲੈ ਕਦੀ ਕੋਸ਼ ਕਰ ਲੈ ਹਨਾ ਉਹਨੇ ਵੀ ਦੇਖਿਆ ਵੀ ਬਾਬਾ ਸਾਡਾ ਬਾਬਾ ਸਾਡਾ ਜ਼ਿਆਦਾ ਤੰਗ ਆ ਹਨਾ ਉਹਨੇ ਦੋਕ ਦਿਨ ਦੇਖਿਆ ਉਹ ਜਦੋਂ ਉਹਨੂੰ ਮੰਜੇ ਤੇ ਪਹਨ ਉੱਠ ਕੇ ਥੱਲੇ ਪੈ ਜੇ ਜਦੋਂ ਉਹਨੂੰ ਮਾੜਾ ਜਿਹਾ ਕਦੀ ਟੇਢਾ ਹੋ ਜੇ ਕਦੀ ਕੰਧ ਨੂੰ ਤਾਂ ਲੱਤਾਂ ਲਾ ਲੈ ਕਦੀ ਕੋਸ਼ ਕਰੇ ਮੰਜੇ ਤੇ ਨਾ ਪਵੇ ਹਨਾ ਹੁਣ ਵਾਅਦਾ ਉਹਦਾ ਇਹ ਸੀ ਵੀ ਸਣੇ ਮੰਜੇ ਲੈ ਕੇ ਜਾਣਾ ਉਹ ਜਦੋਂ ਘਰਦਿਆਨੇ ਦੇਖਿਆ ਉਹ ਕਹਿੰਦੇ ਵੀ ਉਹ ਬਾਬਾ ਸਾਡਾ ਲੱਗਦਾ ਵੀ ਜਿਆਦਾ ਹੀ ਤੰਗ ਆ ਉਹ ਨਾ ਮੁੱਦਾ ਕਰਕੇ ਮੰਝੇ ਨਾ ਬੰਦਤਾ ਹਨਾ ਲੋਕ ਉਹਨਾਂ ਨੂੰ ਕਹਿੰਦਾ ਭਰਾਵੋ ਆਜੋ ਹੁਣ ਤਾਂ ਘਰ ਦੀ ਬੈਰੀ ਹੋ ਗਏ ਹਨਾ ਕਈ ਵਾਰੀ ਫਿਰ ਅੱਲਾ ਦੇ ਅੱਲਾ ਖੇਦੀ ਦੇਣ ਵਾਲੇ ਜਨਮ ਫੇਰ ਓਕਾ ਹੋ ਜਾਂਦਾ ਜੀ ਕੰਮ ਫੇਰ ਨਹੀਂ ਬੰਦਾ ਕੁਝ ਕਰ ਸਕਦਾ ਤੇ ਨਾਲੇ ਮੈਨੂੰ ਇੱਕ ਜੀ ਤੁਹਾਡੀ ਗੱਲ ਤੋਂ ਇਹ ਲੱਗਾ ਜਦੋਂ ਤੁਸੀਂ ਗੱਲ ਸੁਣਾਉਂਦੇ ਸੀ ਕਿ ਪਹਿਲਾਂ ਜੰਮਦੂਤ ਕਿਸੇ ਹੋਰ ਨੂੰ ਲੈਣ ਆਏ ਹਾਂਜੀ ਅੱਛਾ ਅੱਛਾ ਜੀ ਚਲੋ ਉਦਾਂ ਤਾਂ ਇਹ ਸਟੋਰੀਆਂ ਬਣਾਈਆਂ ਆਂ ਹੁੰਦੀਆਂ ਉਹ ਤਾਂ ਚਲੋ ਕੋਈ ਨਹੀਂ ਪਰ ਉਦਾਂ ਯਾਨੀ ਕਿ ਜੇ ਉਹੀ ਜੰਮਦੂਤ ਉਸ ਬੰਦੇ ਨੂੰ ਲੈਣ ਆਏ ਤੇ ਇਹਦਾ ਮਤਲਬ ਹੈ ਉਹਨਾਂ ਨੂੰ ਏਰੀਆ ਦਿੱਤੇ ਹੋਊਗੇ ਹਾਂਜੀ ਆਓ ਫਿਰ ਇਹ ਦੇਖੋ ਜੀ ਇੱਕ ਗੱਲ ਇੱਕ ਦਿਨ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ ਜੀ ਕੋਈ ਬੰਦਾ ਕਹਿੰਦਾ ਵੀ ਜਿੰਨਾ ਚਿਰ ਢਾਰਾ ਉਹਨਾਂ ਚਿਰ ਭੂਤਾਂ ਰਹਿਣਗੀਆਂ ਹੈਨਾ ਜੀ ਜੇ ਬੰਦੇ ਦੇ ਮਨ ਚ ਢਾਰਾ ਤਾਂ ਉਹ ਚੀਜ਼ ਰਹਿਣੀ ਰਹਿਣੀ ਆ ਇਸ ਕਰਕੇ ਬਣਾਈਆਂ ਤਾਂ ਇਹ ਕਹਾਣੀਆਂ ਆਈਆਂ ਹੈਨਾ ਜੀ ਸੀ ਪਰ ਇਹਨਾਂ ਦੇ ਵਿੱਚ ਕੁਝ ਹਾਸ-ਰਾਸ ਕਈ ਕੁਝ ਸਿੱਖਣ ਵਾਲੀਆਂ ਗੱਲਾਂ ਉਹੀ ਉਹੀ ਜਾਂ ਟਾਈਮ ਪਾਸ ਲਈ ਦੇਖੋ ਦੁਨੀਆਂ ਦੇਖੋ ਜੀ ਕਿੰਨੀ ਛੋਟੀ ਹੋ ਗਈ ਹਾਂਜੀ ਜਿਵੇਂ ਅੱਗੇ ਕਿਸੇ ਨਾਲ ਨਾ ਗੁੱਸੇ ਹੋ ਜਾਣਾ ਕਦੀ ਤੇ ਜਿੰਨੇ ਲਾਂਭਾ ਲੈ ਕੇ ਜਾਣਾ ਤੇ ਉਹਨੇ ਜਦੋਂ ਦਾ ਦਰਵਾਜ਼ਾ ਖੜਕੋਣਾ ਜਾਣਾ ਗੁੱਸੇ 'ਚ ਹਨਾ ਹਾਂ ਤੇ ਲਾਂਭਾ ਲੈ ਕੇ ਜਾਣਾ ਤੇ ਉਹਨੇ ਕਹਿਣਾ ਬਈ ਆ ਜਾ ਬਈ ਕੀ ਹਾਲ ਚਾਲ ਆ ਕਿੱਦਾਂ ਠੀਕ ਆ ਕੰਮ ਕਰ ਠੀਕ ਆ ਬੇਬੇ ਬਾਪੂ ਠੀਕ ਨੇ ਹਾਂਜੀ ਤੇ ਅਗਲੇ ਨੇ ਟੇੜਾ ਹੋ ਜਾਣਾ ਥੋੜਾ ਜਿਹਾ ਵੀ ਯਾਰ ਇਹਦੇ ਨਾਲ ਕੀ ਲੜਨਾ ਹਨਾ ਤੇ ਹਾਲ ਚਾਲ ਪੁੱਛ ਕੇ ਮੋੜ ਆਉਣਾ ਹਾਂ ਹੁਣ ਤਾਂ ਜੀ ਕੋਈ ਗੱਲ ਨਹੀਂ ਹੁੰਦੀ ਕੱਖ ਵੀ ਨਹੀਂ ਹੁੰਦਾ ਵਟਸਐਪ ਦੇ ਉੱਤੇ ਹੀ ਉਹ ਗਾਲ ਕੱਢ ਕੇ ਭੇਜ ਦਿੰਦੇ ਆ ਉਹ ਤਾਂ ਗਾਲ ਕੱਢ ਕੇ ਭੇਜ ਦਿੰਦਾ ਕਿਸੇ ਨੂੰ ਜਿਆ ਬਣਾ ਕੇ ਭੇਜ ਦਿੰਦਾ ਪਰ ਅਗਲੇ ਨੂੰ ਉਹ ਨੂੰ ਪਤਾ ਵੀ ਨਾ ਲੱਗਿਆ ਹੋਵੇ ਹਨਾ ਤੇ ਇਸ ਕਰਕੇ ਉਹ ਇੰਨੀ ਜਿਆਦੇ ਚੀਜ਼ ਤੇਜ਼ ਹੋ ਗਈ ਤੇ ਇੰਨੀ ਜਿਆਦੇ ਪਿਆਰ ਜਿਹੜਾ ਸੁੰਗੜ ਗਿਆ ਜਿਵੇਂ ਹਾਂਜੀ 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 ਉਹਦੇ ਵਿੱਚ ਮੈਂ ਇੱਕ ਹੋਰ ਦੇਖਿਆ ਜੀ ਕਿ ਜਿਹੜਾ ਨਾ ਇੱਕ ਮੈਂ ਜੀ ਕੁਦਰਤੀ ਤੁਸੀਂ ਇਹ ਗੱਲ ਕੀਤੀ ਆ ਤੇ ਮੈਂ ਕੁਦਰਤੀ ਨਾ ਹਾਲੇ ਪੜਸੋਂ ਸੋਚਦਾ ਸੀ ਮੈਂ ਕਿਾ ਦੇਖੋ ਹੁਣ ਜਿੱਦਾਂ ਦਾ ਜ਼ਮਾਨਾ ਆ ਗਿਆ ਹਾਂਜੀ ਮੈਂ ਸੋਚਦਾ ਸੀ ਮੈਂ ਕਿ ਜਿੱਦਾਂ ਸਾਡੇ ਘਰ ਦੇ ਸਾਨੂੰ ਕਹਿੰਦੇ ਸੀਗੇ ਕਿ ਆਪਣੇ ਕਿ ਜਿਹੜਾ ਕੋਈ ਨਵਾਂ ਬੰਦਾ ਆਂਦਾ ਉਹਨੂੰ ਸਾਸਰੀ ਕਾਲ ਬੁਲਾਈ ਦੀ ਆ ਪਰੌਣਿਆਂ ਦੇ ਕੋਲ ਬੈਠੀ ਦਾ ਇਦਾਂ ਤੇ ਹੁਣ ਇਹ ਮਾਪਿਆਂ ਨੂੰ ਇਹ ਵੀ ਦੱਸਣਾ ਚਾਹੀਦਾ ਨਾ ਨਿਆਣਿਆਂ ਨੂੰ ਕਿ ਆਨਲਾਈਨ ਕਿੱਦਾਂ ਵਿਹੇਵ ਕਰਨਾ ਪਰ ਇਹਦੇ ਚ ਇੰਨਾ ਦੂਰ ਹੀ ਇੰਨਾ ਚਲੇ ਗਿਆ ਜੀ ਤੁਸੀਂ ਦੇਖੋ ਵੀ ਮੈਂ ਨਾ ਇੱਥੇ ਵੈਨਕੂਵਰ ਆਇਆ ਜੀ ਇੱਕ ਵਾਰ ਹਾਂਜੀ ਤੇ ਕੋਈ ਮੇਰਾ ਮਿੱਤਰ ਸੀ ਤੇ ਉਹ ਆਪਣੇ 12-13 ਸਾਲ ਦਾ ਮੁੰਡਾ ਸੀ ਉਹਨਾਂ ਦਾ ਕਹਿੰਦਾ ਅੰਕਲ ਨੂੰ ਸਾਸਰੀ ਘਰ ਹੁਣ ਤਾਂ ਇੱਧਰ ਵੀ ਇਹੀ ਚੱਲ ਪਿਆ ਜਿਹੜਾ ਮਰਜ਼ੀ ਏਰੀਆ ਹੋਵੇ ਕਹਿੰਦਾ ਅੰਕਲ ਨੂੰ ਸਾਸਰੀ ਘਰ ਬਲਾਓ ਕਹਿੰਦਾ ਠਹਿਰ ਕੇ ਬੁਲਾਉਣਾ ਹਨ ਤੇ ਉਹ ਕਹਦਾ ਵੀ ਜਦੋਂ ਹਣ ਬਜ਼ੁਰਗਾਂ ਚ ਬਹਿਣਾ ਹੀ ਨਹੀਂ ਹੈ ਫਿਰ ਉਹ ਚੀਜ਼ ਦੂਰ ਹੁੰਦੀ ਜਾਂਦੀ ਆ ਉਹ ਆਪੇ ਹੀ ਜਿਵੇਂ ਸਿੱਖਦੇ ਜਾਂਦੇ ਚੀਜ਼ ਹਾਂਜੀ ਮੈਂ ਸੋਚਦਾ ਸੀ ਤੇ ਜਦੋਂ ਇੱਕ ਬੱਚੇ ਨੂੰ ਇੱਕ ਵਧੀਆ ਇਨਸਾਨ ਬਣਾਉਣ ਲਈ ਸਾਨੂੰ ਇਹ ਚਾਹੀਦਾ ਕਿ ਆਪਣੇ ਨਿਆਣੇ ਨੂੰ ਕਹੀਏ ਕਰ ਬਈ ਆਪਣੇ YouTube ਚ ਲੋਕ ਇਹਨੂੰ ਦੇਖਾਂ ਮੈਂ ਪਿਛਲੇ 15 ਦਿਨਾਂ ਚ ਤੂੰ ਕਿਹੜੇ ਕਿਹੜੇ ਕਮੈਂਟ ਕੀਤੇ ਆ ਹਾਂਜੀ ਇਹ ਤਾਂ ਖਿਆਲ ਰੱਖਣਾ ਪੈਣਾ ਜੀ ਹੁਣ ਜਿਹੜੇ ਹਿਸਾਬ ਨਾਲ ਚੱਲ ਰਿਹਾ ਹੈ ਨਾ ਜੀ ਤੇ ਫੇਰ ਉਹ ਦੇਖਣ ਕਿ ਉਹ ਕੌਮਿਟ ਜਿਹੜੇ ਸਾਡਾ ਕਲਚਰ ਆ ਜਾਂ ਜਿਹੜੇ ਜਿੱਦਾਂ ਬੰਦੇ ਨੂੰ ਇੱਕ ਸੋਸਾਇਟੀ ਚ ਬਿਹੇਵ ਕਰਨਾ ਚਾਹੀਦਾ ਉਹਦੇ ਹਿਸਾਬ ਨਾਲ ਉਹ ਕਰ ਰਹੇ ਆ ਮੈਂ ਇਹਦੇ ਵਿੱਚ ਕੋਈ ਕਿਸੇ ਤੇ ਇਲਜ਼ਾਮ ਨਹੀਂ ਲਾਉਂਦਾ ਮੈਂ ਸਿਰਫ ਇਹ ਕਹਿਣਾ ਕਿ ਅਸੀਂ ਬੱਚਿਆਂ ਨੂੰ ਪਾਲਣ ਲਈ ਸਾਨੂੰ ਨਵੀਆਂ ਚੀਜ਼ਾਂ ਸਿੱਖਣੀਆਂ ਪੈਣੀਆਂ ਅਸੀਂ ਆਪਣੇ ਬੱਚਿਆਂ ਨੂੰ ਇਦਾਂ ਕਰਦੇ ਆ ਅਸੀਂ ਕਹਿੰਦੇ ਤੁਸੀਂ ਆਪਣੀ ਖੋਲੋ ਜੀ ਫੇਸਬੁੱਕ ਦੇਖੀਏ ਤੁਸੀਂ ਪਿਛਲੇ 10 ਦਿਨਾਂ ਚ ਕੀ ਕੀਤਾ ਦਿਖਾ ਲਓ ਮੈਨੂੰ ਖੋਲ ਕੇ ਹਾਂ ਨਾ ਕਿਉਂਕਿ ਇਹ ਲ ਬਧੀਆ ਗੱਲ ਹੈ ਜੀ ਉਹਦਾ ਇਹ ਹਾਂਜੀ ਇਹ ਹੁਣ ਚਾਹੀਦਾ ਬੱਚਿਆਂ ਨੂੰ ਤਾਂ ਕਿ ਕਿਉਂਕਿ ਨਿਆਣੇ ਦੇ ਜਦੋਂ ਸਿਰ ਤੇ ਨਹੀਂ ਕੁੰਡਾ ਹਾਥੀ ਫਿਰੇ ਲੁੰਡਾ ਲੋਕਾਂ ਨੇ ਕਿਹਾ ਹੈ ਆ ਪੁਰਾਣੀ ਗੱਲ ਹੂੰ ਹੂੰ ਜਦੋਂ ਨਿਆਣਿਆਂ ਨੂੰ ਪਤਾ ਲੱਗ ਜਾਂਦਾ ਕਿ ਮੇਰੀ ਸਾਰੀ ਬਾਕੀ ਦੀ ਜ਼ਿੰਦਗੀ ਤੇ ਤੱਕ ਮੇਰੇ ਘਰਦਿਆਂ ਦੀ ਛਤਰ ਛਾਇਆ ਹੈਗੀ ਆ ਪਰ ਆਨਲਾਈਨ ਮੈਨੂੰ ਕੋਈ ਨਹੀਂ ਦੇਖ ਰਿਹਾ ਹਾਂਜੀ ਉਹ ਕਹਿੰਦੇ ਮੈਨੂੰ ਕੋਈ ਸਿਆਣਾ ਨਹੀਂ ਦੇਖ ਰਿਹਾ ਮੈਂ ਜੋ ਮਰਜੀ ਕਰਾਂ ਹਾਂ ਫਿਰ ਉਹ ਬਚਾਨਾ ਕਰਦਾ ਕੰਮ ਉੱਥੇ ਤੇ ਉਹਦੇ ਨਾਲ ਕਈ ਵਾਰੀ ਗਲਤ ਜਿੱਦਾਂ ਤੁਸੀਂ ਕਹਿੰਦੇ ਆ ਫਿਰ ਲੋਕਾਂ ਦੇ ਮੁੱਕੇ ਤੇ ਲੋਕਾਂ ਦੇ ਹਲਾਮੇ ਵੀ ਆਊਗੇ ਤਾਂ ਫਿਰ ਕੀ ਫਾਇਦਾ ਆਦਾ ਗੱਲ ਦਾ ਇਸ ਕਰਕੇ ਜਿਵੇਂ ਅੱਗੇ ਨਹੀਂ ਸੀ ਕੋਈ ਬਜ਼ੁਰਗ ਘਰ ਦਾ ਜਾਂ ਕੋਈ ਸਿਆਣਾ ਜਿਵੇਂ ਮੋੜ ਤੇ ਬੈਠਾ ਹੁੰਦਾ ਸੀ ਤਾਂ ਉਹ ਸਾਰੇ ਬੰਦੇ ਉਹਨੂੰ ਐ ਲੱਗਦਾ ਹੁੰਦਾ ਸੀ ਜਵਾਕਾਂ ਨੂੰ ਵੀ ਲੱਗਦਾ ਸੀ ਵੀ ਉਹ ਬਾਬਾ ਬੈਠਾ ਹਾਂ ਨਿਗਰਾਨੀ ਹੁੰਦੀ ਸੀ ਇੱਕ ਸਾਹਿਬ ਦੀ ਉਹ ਉਹੀ ਗੱਲ ਆ ਵੀ ਜੇ ਹੁਣ ਐ ਲੋਕ ਦੇਖਣ ਵੀ ਲੱਗ ਪੈਣਗੇ ਤਾਂ ਵਧੀਆ ਕਰ ਲਈਏ ਇਹਦੇ 'ਚ ਕੋਈ ਇਹੋ ਜਿਹੀ ਗੱਲ ਨਹੀਂ ਨਹੀਂ ਜਿਹੜੇ ਲੋਕ ਸਿਆਣੇ ਆ ਜੀ ਉਹ ਉਹ ਦੇਖਦੇ ਆ ਤੇ ਉਹ ਉਹ ਸਾਰੇ ਕਰਦੇ ਆ ਪਰ ਬੱਚੇ ਇਦਾਂ ਦੇ ਹੋਈ ਜਾਂਦੇ ਅਸੀਂ ਆਸਟ੍ਰੇਲੀਆ ਕਿਸੇ ਦੇ ਘਰ ਗਏ ਜੀ ਹੂੰ ਹੂੰ ਤੇ ਉਹ ਸਾਰੇ ਉਹ ਬੜੀ ਕੋਸ਼ਿਸ਼ ਕਰਨ ਉਹਨਾਂ ਦਾ ਬੱਚਾ ਛੋਟਾ ਜਿਹਾ 8-9 ਸਾਲ ਦਾ ਮੁੰਡਾ ਤੇ ਅਸੀਂ ਕਈ ਜਣੇ ਚੱਲ ਗਏ ਜੀ ਉਹਨਾਂ ਦੇ ਘਰ ਤੇ ਉਹਨਾਂ ਨੇ ਲਿਆ ਕੇ ਨਾ ਜੀ ਉਹ ਵਿਚਾਰ ਵਿਚਾਲੇ ਉਹਨੂੰ ਬਿਠਾ ਲ ਦਿੱਤਾ ਮੁੰਡੇ ਨੂੰ ਵੀ ਅੱਛਾ ਜੀ ਕਹਿੰਦੇ ਇੱਥੇ ਬੈਠ ਪਰੌਣਿਆਂ ਚ ਕੋਈ ਗੱਲ ਸਿੱਖ ਹੈ ਤੇ ਉਹ ਮੁੰਡਾ ਜੀ ਬਹਿ ਗਿਆ ਤੇ ਸਾਸਰੀ ਕਾਲ ਉਹਨ ਸਾਨੂੰ ਬੁਲਾਈ ਤੇ ਅਸੀਂ ਸਾਰੇ ਗੱਲਾਂ ਕਰੀ ਜਾਈਏ ਤੇ ਉਹ ਆਪਣੇ ਫੋਨ ਦੇ ਉੱਤੇ ਬਹੁਤ ਹੀ ਨਾ ਜਣ ਕੇ ਅਡਲਟ ਰੇਟਡ ਵੀਡੀਓ ਦੇਖੇ ਕਿਤੇ ਵਿੱਚ ਭੂਤ ਕਿਸੇ ਵਿੱਚ ਕਤਲ ਕਿਸੇ ਵਿੱਚ ਵਾਇਲੈਂਸ ਵਾਇਲੈਂਸ ਬਗੈਰ ਬਹੁਤ ਜਣ ਕੇ ਹਿੰਸਾ ਵਾਲੀਆਂ ਵੀਡੀਓਜ਼ ਦੇਖੇ ਹਾਂਜੀ ਹੂੰ ਹੂੰ ਅੱਛਾ ਜੀ ਤੇ ਪਹਿਲੀ ਗੱਲ ਤਾਂ ਮੈਂ ਉਹਦੀ ਮਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਦੇਖਦੇ ਹੁੰਦੇ ਹੋ ਵੀਡੀਓ ਕਿਦਾਂ ਦੀਆਂ ਦੇਖਦਾ ਇੰਟਰਨੈਟ ਤੇ ਤੇ ਉਹ ਮਾਂ ਕਹਿੰਦੀ ਹਾਂ ਕਹਿੰਦੀ ਮੈਂ ਨਹੀਂ ਇਹ ਦੇਖ ਸਕਦੀ ਜਿਹੜੀਆਂ ਵੀਡੀਓ ਇਹ ਦੇਖਦਾ ਇਹ ਤਾਂ ਬਹੁਤ ਹਿੰਸਕ ਵੀਡੀਓ ਦੇਖ ਲੈਂਦਾ ਉਹ ਨੂੰ ਉਹ ਨੂੰ ਇਹ ਸੋਚਿਆ ਨਹੀਂ ਕਿ ਮੈਂ ਇਹਨੂੰ ਰੋਕਾਂ ਹਨਾ ਤੇ ਫਿਰ ਜਦੋਂ ਮੈਂ ਥੋੜੇ ਚਿਰ ਬਾਅਦ ਮੈਂ ਮੁੰਡੇ ਨਾਲ ਆਪ ਗੱਲ ਕਰਨ ਲੱਗ ਪਿਆ ਤੇ ਉਹ ਬੜਾ ਸਿਆਣਾ ਮੁੰਡਾ ਨਿਕਲਿਆ ਪਰ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਮੈਂ ਤੈਨੂੰ ਇੱਕ ਗੱਲ ਪੁੱਛਾਂ ਕਹਿੰਦਾ ਹਾਂਜੀ ਤੇ ਮੈਂ ਕਿਹਾ ਤੂੰ ਇੰਟਰਸਟਿਡ ਕਹਤੇ ਨਹੀਂ ਹੈ ਆ ਜਿਹੜੇ ਆਪਣੇ ਅਸੀਂ ਗੱਲਾਂ ਕਰ ਰਹੇ ਹਾਂ ਗੱਲਾਂ ਤਾਂ ਅਸੀਂ ਵੀ ਬੜੀਆਂ ਵਧੀਆ ਕਰ ਰਹੇ ਹਾਂ ਸਾਰੇ ਜਣੇ ਤੇ ਪੇਛਾਇ ਤਦਨ ਕੋ ਵਿੱਚੋਂ ਗੱਲ ਲੱਭੇ ਆਵੇ ਤੇ ਤੇ ਮੈਂ ਇੰਟਰਸਟਿਡ ਕਾਤੇ ਨਹੀਂ ਕਹਿੰਦਾ ਮੈਂ ਗੱਲਾਂ ਚ ਟਰਸਟਿਡ ਆ ਮੁੰਡਾ ਜੀ ਮੈਨੂੰ ਕਹਿੰਦਾ ਹਾਂਜੀ ਕਹਿੰਦਾ ਪਰ ਪਰ ਕਹਿੰਦਾ ਮੈਂ ਤਾਂ ਦੇਖ ਸਕਦਾ ਇਹਨਾਂ ਸਾਰਿਆਂ ਵੱਲ ਜੇ ਇਹਨਾਂ ਸਾਰਿਆਂ ਦੇ ਮੱਥੇ ਉੱਤੇ ਸਕਰੀਨ ਲੱਗੀ ਹੋਵੇ <laughs> अच्छा <गी। laughs> मैं मैं जी अच्छा जी ਤੇ ਮੈਂ ਸੋਚਿਆ ਮੈਂ ਕਿਹਾ ਬੰਦੇ ਨੇ ਦੇਖੋ 16 ਨੇ ਸੱਚੀ ਗੱਲ ਕਰ ਦਿੱਤੀ ਇੱਥੇ ਦੀ ਸਾਈਕੋਲੋਜਿਸਟ ਕਹਿੰਦੇ ਆ ਵੀ ਜੇ ਬੱਚਿਆਂ ਨੂੰ ਤੁਸੀਂ ਫੋਨ ਦੇਵੋਗੇ ਇਦਾਂ ਦੇਵੋਗੇ ਤਾਂ ਉਹਨਾਂ ਨੂੰ ਸਕਰੀਨ ਦੀ ਆਦਤ ਪੈ ਜਾਂਦੀ ਆ ਹੂੰ ਉਹ ਐਡਿਕਟਡ ਹੋ ਜਾਂਦੇ ਆ ਅਸੀਂ ਅਸੀਂ ਵੀ ਐਡਿਕਟਡ ਹੋ ਜਾਂਨੇ ਕਈ ਵਾਰੀ ਕਈ ਬੰਦਿਆਂ ਦਾ ਫੋਨ ਪਰੇ ਰੱਖਦੇ ਹੋ ਤੇ ਉਹ ਨੂੰ ਉਹਨੂੰ ਫਿਕਰ ਪੈ ਜਾਂਦਾ ਕਿ ਉਹ ਯਾਰ ਮੇਰਾ ਕੋਈ ਫੇਸਬੁੱਕ ਇਦਾਂ ਲੱਗਦਾ ਜਿਵੇਂ ਅਪਾਹਜ ਅਪਾਹਜ ਹੋ ਗਿਆ ਜੀ ਇਦਾਂ ਲੱਗਦਾ ਹਾਂਜੀ ਹਾਂਜੀ ਕੋਈ ਅੰਗ ਲੈ ਗਿਆ ਪਾਸੇ ਹੈ ਨਹੀਂ ਹਾਂ ਪਰ ਹੁਣ ਦੇਖੋ ਬੱਚੇ ਨੂੰ ਕਿੱਦਾਂ ਹੁੰਦਾ ਗੱਦੇ ਨੂੰ ਆ ਤਾ ਪੈ ਜਵੇ ਤੇ ਹੁਣ ਇਹ ਹੁਣ ਸਾਡੇ ਤੇ ਆ ਮੈਂ ਨਾ ਥੋੜੀ ਜਿਹੀ ਦਿਨ ਹੋ ਗਏ ਮੈਂ ਇੰਗਲੈਂਡ ਤੋਂ ਆਇਆ ਹਾਂ ਜੀ ਤੇ ਉੱਥੇ ਇਹਹੀ ਗੱਲਾਂ ਕਰਨ ਲੱਗ ਗਏ ਤੇ ਉਹ ਕਹਿੰਦੇ ਵੀ ਹੁਣ ਇਦਾਂ ਹੋ ਲੱਗ ਪਿਆ ਵੀ ਜੇ ਚਾਰ ਬੱਚੇ ਜਾਂ ਇਦਾਂ ਟੇਬਲ ਤੇ ਬੈਠੇ ਆ ਨਾ ਉਹ ਇੱਕ ਦੂਜੇ ਨੂੰ ਇੱਕੋ ਟੇਬਲ ਤੇ ਮੈਸੇਜ ਕਰਕੇ ਪੁੱਛਦਾ ਵੀ ਤੂੰ ਕੀ ਆਰਡਰ ਕਰਨਾ ਤੂੰ ਕੀ ਕਰਨਾ ਤੇ ਤੂੰ ਕੀ ਕਰਨਾ ਨੇ ਇੰਨਾ ਜਿਆਦਾ ਉਹਦੇ ਵਿੱਚ ਸੁng ਗੜ ਗਏ ਜਾਂਦੇ ਚੱਲ ਹਾਂ ਹਾਂ ਨਹੀਂ ਉਹ ਫੇਸਰ ਬਣ ਗਿਆ ਜਦੋਂ ਆਪਾਂ ਥੋੜੇ ਸਾਲ ਪਹਿਲਾਂ ਜਦੋਂ ਕੰਪਿਊਟਰ ਤਰੱਕੀ ਕਰਨ ਲੱਗੇ ਆ ਨਾ ਜੀ ਹੂੰ ਹੂੰ ਤੇ ਉਦੋਂ ਲੋਕ ਕਹਿੰਦੇ ਸੀਗੇ ਕਿ ਜੀ ਇਦਾਂ ਹੋ ਜਾਣਾ ਕਿ ਬੰਦੇ ਦੇ ਬ੍ਰੇਨ ਦੇ ਵਿੱਚ ਹੀ ਉਹਨਾਂ ਨੇ ਕੰਪਿਊਟਰ ਫਿੱਟ ਕਰ ਦੇਣਾ ਹਾਂਜੀ ਹੂੰ ਹੂੰ ਤੇ ਸਾਰੀਆਂ ਚੀਜ਼ਾਂ ਅਵੇਲੇਬਲ ਹੋ ਜਾਣੀਆਂ ਤੁਸੀਂ ਐਂ ਹੀ ਸੋਚਿਆ ਕਰਨਾ ਕੋਈ ਗੱਲ ਤੇ ਉਹ ਬ੍ਰੇਨ ਦੇ ਕੰਪਿਊਟਰ ਚੋਂ ਕੱਢ ਲਿਆ ਕਰਨੀਆਂ ਉਹ ਤਾਂ ਹੋਈ ਨਹੀਂ ਪਰ ਆ ਵੀ ਤਾਂ ਉਹੀ ਚੀਜ਼ ਆ ਅਸੀਂ ਉਹਦੇ ਨਾਲ ਮਰ ਜਾਈ ਹੋ ਗਏ ਉਹਦੇ ਵਿੱਚੇ ਵੜ ਗਏ ਫੋਨ ਦੇ ਜਿਵੇਂ ਪੁਰਾਣੀ ਚੀਜ਼ ਨਹੀਂ ਜਿਵੇਂ ਹੁਣ ਸਾਡਾ ਆਪਣਾ ਜਿਹੜਾ ਗੀਤ ਆਇਆ ਵਾ ਬਚਪਨ ਅਤੇ ਜ਼ਬਾਨੀ ਦੇਖੀ ਬੀਤੀ ਹੋਈ ਜ਼ਿੰਦਗਾਨੀ ਦੇਖੀ ਹਾਂਜੀ ਉਹਦੇ ਵਿੱਚ ਪਿੰਡ ਦਾ ਕੀੜਾ ਜਿਹੜਾ ਉਹਦੇ 'ਚ ਜਦੋਂ ਉਹ ਪਹਿਲਾ ਮੈਂ ਇੰਗਲੈਂਡ ਦੇ ਵਿੱਚ ਬੋਲਿਆ ਹਨਾ ਰਾਤੀ ਉਹੀ ਕਲਮ ਦਬਾ ਤੀ ਤੇ ਫੱਟੀ ਵੇਖੀ ਮੈਂ ਹਾਂ ਸਾਧੂ ਰਾਮ ਦੀ ਤੱਕੜੀ ਪਿੱਤਲ ਦੀ ਵੱਟੀ ਵੇਖੀ ਮੈਂ ਰੂੰਗਾ ਲੈ ਕੇ ਮਿੱਠੀਆਂ ਫੁੱਲੀਆਂ ਖਾ ਕੇ ਆਇਆ ਹਾਂ ਉਹ ਉਹ ਮੈਂ ਤੱਕ ਦੋ ਤਿੰਨ ਵਾਰ ਸੁਣਿਆ ਕਹਿੰਦੇ ਉਹ ਦੁਕਾਨਾਂ ਯਾਦ ਆਉਂਦੀਆਂ ਉਹ ਗੱਲਾਂ ਯਾਦ ਆਉਂਦੀਆਂ ਹਾਂਜੀ ਤੇ ਜਾਂ ਕੀਤੇ ਬੰਦ ਕਬੂਤਰਾਂ ਵਾਲੇ ਖੋਲੇ ਖੁੱਡੇ ਸੀ ਲੱਗਦਾ ਮੇਰੇ ਵਾਂਗੂ ਉਹ ਵੀ ਕੈਦੇ ਛੋਡੇ ਸੀ ਆ ਕਰਕੇ ਛਤਰੀ ਵੀ ਭੜਕਾ ਕੇ ਆਇਆ ਮੈਂ ਹਾਂ ਵਾਹ ਇਹਦੇ ਤੋਂ ਇੱਕ ਗੱਲ ਵੀ ਯਾਦ ਆ ਜੀ ਮੈਂ ਵੀ ਰੱਖੀ ਰੱਖੇ ਕਬੂਤਰ ਰੱਖੀ ਰੱਖੇ ਆ ਨਾ ਕਿਤੇ ਪੱਠੇ ਕੁੱਤਰ ਨੇ ਨਾ ਜੇ ਹਾਂ ਪੱਠੇ ਕੁਤਰਨੇ ਤਾਂ ਤਾਹ ਨੂੰ ਦੇਖੀ ਜਾਣਾ ਦੇਖੋ ਉਦੋਂ ਉਹਨਾਂ ਚੀਜ਼ਾਂ ਨਾਲ ਜੁੜੇ ਸੀ ਗੁੱਲੀ ਡੰਡੇ ਨਾਲ ਬਾਂਦਰ ਕਿੱਲੇ ਨਾਲ ਕਬੂਤਰਾਂ ਨਾਲ ਹਲਦੀ ਝੁਕੜ ਮਿੱਟੀਆਂ ਨਾਲ ਉਹਨਾਂ ਚੀਜ਼ਾਂ ਨਾਲ ਜੁੜੇ ਸੀ ਅਚਾ ਜੀ ਜੇ ਪੱਠੇ ਵੀ ਕੁਤਰਨੇ ਤਾਂ ਨੂੰ ਦੇਖੀ ਜਾਣਾ ਤਾਂ ਨੂੰ ਦੇਖੀ ਜਾਣਾ ਤੇ ਕਈ ਵਾਰੀ ਨਾ ਉਹ ਜਿਹੜਾ ਡੰਡਾ ਜਾਂ ਹੁੰਦਾ ਟੋਕੇ ਦਾ ਤੇ ਫਸ ਕੇ ਬਟਣਾ ਜਾਂਦੇ ਵਿੱਚ ਇੱਕ ਦੋ ਵਾਰੀ ਮੇਰਾ ਢੀੜਾ ਖਾ ਗਿਆ ਤੇ ਪਾਪਾ ਸਾਡਾ ਰੁਗ ਲੋਂਦਾ ਸੀ ਉਹ ਕਹਦਾ ਜਿੱਦਾਂ ਜਿੱਦਾਂ ਤੈਨੂੰ ਕੁਝ ਹੋਇਆ ਨਾ ਤਾਂ ਟੋਂ ਟੁੱਟੂ ਪਹਿਲਾਂ ਕਹਿੰਦਾ ਕਬੂਤਰਾਂ ਲਈ ਦੇਖਦਾ ਰਹਿਣਾ ਹਨਾ ਤੇ ਸੋ ਉਹ ਉਹ ਚੀਜ਼ਾਂ ਨਾਲ ਜੁੜਦੇ ਹੋਏ ਸੀ ਕਿ ਪਰ ਉਹ ਚੀਜ਼ਾਂ ਯਾਨੀ ਬਹੁਤ ਸੀਗੀਆਂ ਸਿਹਤ ਲਈ ਵੀ ਵਧੀਆ ਸੀ ਉਹ ਹਾਂਜੀ ਹਾਂਜੀ ਹਾਂ ਹਾਂ ਨਿਗਾ ਨੁਗਾ ਯਾਨੀ ਹੋ ਸਾਰੀਆਂ ਚੀਜ਼ਾਂ ਲਈ ਉਹ ਬਹੁਤ ਜਿਆਦਾ ਚੀਜ਼ਾਂ ਚੰਗੀਆਂ ਸੀਗੀਆਂ ਪ੍ਰੈਕਟਿਸ ਬਹੁਤ ਸੀ ਉਹਨਾਂ ਦੇ ਵਿੱਚ ਹੁਣ ਜੀ ਕਹਿੰਦੇ ਆ ਹੁਣ ਡਾਕਟਰ ਇੱਥੇ ਸਲਾਹ ਦਿੰਦੇ ਆ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਇੰਡੀਆ 'ਚ ਵੀ ਹੂੰ ਹੂੰ ਤੇ ਉਹਨੂੰ ਕਹਿੰਦੇ ਆ ਜੀ ਫੋਰੈਸਟ ਵੇਦਿੰਗ ਹਾਂਜੀ ਹੂੰ ਜਾਨਕੀ ਹਰਿਆਈ ਚ ਨਹਾਉਣਾ ਹਾਂਜੀ ਤੇ ਉਹ ਕਹਿੰਦੇ ਆ ਕਿ ਤੁਸੀਂ ਕਿਤੇ ਜਾਓ ਜਿੱਥੇ ਆਲੇ ਦੁਆਲੇ ਰੁੱਖ ਹੋਣ ਅੱਖਾਂ ਨੂੰ ਹਰਾ ਦਿਸੇ ਤੇ ਉਹਦੇ ਵਿੱਚ ਘੁੰਮੋ ਉਹਦੀ ਤੁਹਾਨੂੰ ਵਾਸ਼ਨਾ ਆਵੇ ਉਹਦੀ ਤੁਹਾਨੂੰ ਸਮੈਲ ਆਵੇ ਉਹੀ ਚੀਜ਼ਾਂ ਸੁਣਨ ਨਿੱਚ ਤੇ ਉਹਦੇ ਨਾਲ ਕਹਿੰਦੇ ਜਿੰਨਾ ਛੇਤੀ ਬ੍ਰੇਨ ਰੀਸੈਟ ਹੁੰਦਾ ਉਹਨਾਂ ਕਿਸੇ ਗੋਲੀ ਨਾਲ ਵੀ ਰੀਸੈਟ ਨਹੀਂ ਹੁੰਦਾ ਹੂੰ ਤੇ ਅਸੀਂ ਤਾਂ ਜੰਮੇ ਹੋਈ ਉੱਥੇ ਆ ਫੋਰੈਸਟ ਵੇ ਦੇਂਗੇ ਕੀ ਅਸੀਂ ਤਾਂ ਡੁੱਬੇ ਹੋਈ ਸੀਗੇ ਫੋਰੈਸਟ ਦੇ ਵਿੱਚ ਉੱਥੋਂ ਨਿਕਲ ਉਹਦੇ ਤੋਂ ਨਿਕਲਦੀ ਮਸਾ ਸੀ ਸਾਰਾ ਦਿਨ ਤਾਂ ਪੱਠੇ ਡੱਕੇ ਚ ਲਾਗੇ ਜਾਣਾ ਨਹੀਂ ਝਿੜੀਆਂ ਝੁੜੀਆਂ ਬਹੁਤ ਹੁੰਦੀਆਂ ਸੀਗੀਆਂ ਜੀ ਅਸੀਂ ਤੁਰੇ ਫਿਰਦਾ ਸਾਡੇ ਖੇਤਾਂ ਦੇ ਕੋਲ ਝਿੜੀ ਹੁੰਦੀ ਸੀ ਤੇ ਅਸੀਂ ਉਹਦੇ ਵਿੱਚ ਦੀ ਤੁਰ ਰਹੇ ਫਿਰਨਾ ਕਦੇ ਸਹੇ ਕਦੇ ਤਿੱਤਰਾਂ ਦੇ ਆਲਣੇ ਹੁਣੇ ਉੱਥੇ ਗਰਾਊਂਡ ਦੇ ਉੱਤੇ ਹਾਂਜੀ ਤੇ ਕਦੇ ਕੋਚ ਦੇਖਣਾ ਕਦੇ ਕੋਈ ਸਾਰਾ ਦਿਨ ਇਦਾਂ ਦੀਆਂ ਚੀਜ਼ਾਂ ਦੇ ਨਾਲ ਨਿਆਣਿਆਂ ਨੇ ਖੇਲੀ ਜਾਣਾ ਤੇ ਉਹਦੇ ਨਾਲ ਬ੍ਰੇਨ ਨਾ ਜਿਹੜਾ ਉਹ ਬਹੁਤ ਡਿਵੈਲਪ ਹੁੰਦਾ ਜੀ ਇਹ ਤਾਂ ਇਹ ਉਹ ਚੀਜ਼ਾਂ ਤਾਂ ਹੁਣ ਡਾਕਟਰ ਦੱਸਦੇ ਆ ਦੇਖ ਲਓ ਨਹੀਂ ਜਦੋਂ ਆਪਾਂ ਕਿਤਾਬ ਵੀ ਕੋਈ ਪੜ੍ਹਦੇ ਆ ਜਦੋਂ ਕੋਈ ਨਾਵਲ ਆ ਉਹਦੇ ਵਿੱਚ ਕਿੰਨੇ ਪਾਤਰ ਨੇ ਉਹਨਾਂ ਦੀ ਜ਼ਿੰਦਗੀ ਬਾਰੇ ਆ ਉਹ ਐਂ ਲੱਗਦਾ ਵੀ ਅਸੀਂ ਉਹਦੇ ਨਾਲ ਨਾਲ ਹੀ ਤੁਰੇ ਫਿਰ ਰਹੇ ਹਾਂ ਹਾਂਜੀ ਤੇ ਇਦਾਂ ਲੱਗਦਾ ਜੀ ਇਹੋ ਪੂਰਾ ਤੇ ਜਦੋਂ ਫਿਰ ਇਹੀ ਗੱਲ ਆਪਾਂ ਕਿਸੇ ਅਸਲੀ ਚੀਜ਼ ਦਾ ਜਾਣਦੇ ਆ ਮੰਨ ਲਓ ਵੀ ਮੱਝ ਇੱਕ ਭੱਜਲੀ ਉਹਦੇ ਪਿੱਛੇ ਪਿੱਛੇ ਭੱਜਦੇ ਜਾਂਦੇ ਆ ਤਾਂ ਉਹ ਤਾਂ ਫਿਰ ਕਿੱਡੀ ਵੱਡੀ ਗੱਲ ਹੈ ਨਾ ਜਾਂ ਕਿ 77 ਦੀ ਗੱਲ ਅਸਲੀ ਸੌ ਰਹੇ ਆ ਉਹ ਤਾਂ ਬਹੁਤ ਵੱਡੀ ਗੱਲ ਆ ਨਾ ਹਾਂਜੀ ਹਾਂ ਤੇ ਆ ਕੁੱਤਾ ਪਿਆ ਫਿਲਮਾਂ 'ਚ ਦੇਖਦੇ ਆ ਤੇ ਜਿਹਦੇ ਕੁੱਤਾ ਅਸਲੀ ਪਿੱਛੇ ਪਿਆ ਹੋਇਆ ਉਹਨੂੰ ਤਾਂ ਫਿਰ ਬਹੁਤ ਤਾਂ ਮੈਨੂੰ ਫਿਰ ਪਤਾ ਲੱਗਦਾ ਵੀ ਉਹਦੀ ਫੀਲਿੰਗ ਕੀ ਆ ਨਾ ਉਦਾਂ ਇਹ ਦੇਖ ਲਓ ਜੀ ਵੀ ਜਿੱਦਾਂ ਇੱਧਰ ਆ ਕੇ ਅਸੀਂ ਇਦਾਂ ਹੁਣ ਆ ਕੁੱਤੇ ਰੱਖੀਦੇ ਆ ਜਨ ਹੁਣ ਤੁਹਾਡੇ ਵੀ ਇੱਥੇ ਤੁਹਾਡੇ ਹੁਣ ਕਮਲ ਕੋਲ ਵੀ ਕੁੱਤੇ ਉਹ ਗਲੀ ਦੇ ਕੁੱਤੇ ਨੂੰ ਕੁਝ ਪਾਲਣ ਲੱਗ ਪਉਤੇ ਉਹ ਪਾਲਤੂ ਬਣ ਜਾਂਦਾ ਹਾਂਜੀ ਹੂੰ ਹੂੰ ਤੇ ਕਮਲ ਦੇ ਵੀ ਇਦਾਂ ਕੁੱਤੇ ਹੈਗੇ ਜਿਹੜੇ ਹੁਣ ਅੰਦਰ ਹੀ ਰਹਿੰਦੇ ਆ ਤੇ ਉਹ ਹੈਗੇ ਗਲੀਆਂ ਦੇ ਕੁੱਤੇ ਆ ਹਾਂਜੀ ਤੇ ਤੁਹਾਡੇ ਵੀ ਨਾ ਕੋਤਾ ਹਾਂਜੀ ਉਹ ਕਿੱਦਾਂ ਸਾਡੇ ਇੱਕ ਹੈਗਾ ਜੀ ਬਰੌਕ ਆ ਉਹਦਾ ਨਾਮ ਸੀ ਰੱਖਿਆ ਹੋਇਆ ਹੈ ਤਾਂ ਉਹ ਜਦ ਤੱਕ ਖੜਾ ਬਹੋਤਾ ਜੀ ਉਹ ਉਹ ਜਦੋਂ ਮੋਟਰ ਮੋਟਰ ਚੱਲਦੀ ਹੈ ਨਾ ਜਦੋਂ ਉਹ ਕਹਿੰਦੀ ਪਾਣੀ ਦੀ ਟੈਂਕੀ ਬੰਦ ਕਰੋ ਹਨਾ ਉਹ ਨਾਲ ਨਾਲ ਭੌਂਕ ਕੇ ਦੱਸਦਾ ਜੀ ਉਹ ਉਹਨੂੰ ਪਤਾ ਲੱਗ ਜਾਂਦਾ ਵੀ ਸਿਗਨਲ ਹੋ ਗਿਆ ਹਾਂਜੀ ਉਹ ਪਿੱਛੇ ਜੇ ਮੈਂ ਆਹ ਜੋ ਦੋ ਤਿੰਨ ਨਾ ਗੇੜੇ ਲਗਾਤਾਰ ਹੀ ਮੈਂ ਜਾ ਕੇ ਆਇਆ ਪਹਿਲਾਂ ਕੈਨੇਡਾ ਫਿਰ ਆਸਟ੍ਰੇਲੀਆ ਇੰਗਲੈਂਡ ਉਹ ਜਦੋਂ ਮੈਨੂੰ ਸਾਡੇ ਉਹ ਹਰਜਿੰਦਰ ਹੁਣ ਹੀ ਲੈ ਕੇ ਜਾਂਦੇ ਸੀ ਤਾਂ ਉਹਨਾਂ ਨੇ ਨਾ ਮੁੜ ਕੇ ਉਹਨਾਂ ਨੂੰ ਘਰੇ ਨਹੀਂ ਵੜਨ ਦਿੱਤਾ ਚਾਦਣਾ ਵੀ ਤੁਸੀਂ ਬੰਦਾ ਸਾਡਾ ਕਿੱਥੇ ਉਹ ਮੈਂ ਜਦੋਂ ਤਿੰਨੇ ਤਿੰਨੇ ਵਾਰੀ ਆਇਆ ਨਾ ਉਹ ਮੈਨੂੰ ਚੰਗੀ ਤਰ੍ਹਾਂ ਆਪਦੇ ਪੈਰ ਦੇ ਅਗਲੇ ਲੱਕ ਤੇ ਲਾ ਕੇ ਤਾਂ ਫੇਰ ਮੈਨੂੰ ਮਿਲਿਆ ਚੰਗੀ ਤਰ੍ਹਾਂ ਤੇ ਆਪਦਾ ਸੈਲ ਮੇਰੀ ਛਾਤੀ ਦੇ ਨਾਲ ਹੈ ਵੀ ਕਿੰਨੀ ਦੇਖੋ ਦੇ ਨਾਲ ਸਮਝਾਤੇ ਉਹ ਗੱਲਾਂ ਮੈਨੂੰ ਉਹਦੀਆਂ ਬੜੀਆਂ ਹਨਾ ਪੁਲਤੀਆਂ ਦੀ ਜੇ ਅੱਗੇ ਕਿਤੇ ਮਾੜਾ ਜਪ ਪਰੇ ਵੀ ਕਰ ਦੇਣਾ ਤੇ ਹੁਣ ਉਹ ਚੀਜ਼ ਦੇ ਨਾਲ ਮੋਹ ਪੈਂਦਾ ਹਾਂ ਇਹ ਦੇ ਇੱਕ ਇੱਕ ਕੁੱਤੇ ਜਿਹਾ ਦੇਖ ਲਓ ਚੀਜ਼ ਕਹਿੰਦੇ ਦਿਮਾਗ ਬੱਕਰੀ ਦਾ ਵੀ ਕੁੱਤੇ ਜਿੰਨਾ ਹੀ ਆ ਜੀ ਕਹਿੰਦੇ ਹਾਂਜੀ ਅੱਛਾ ਅੱਛਾ ਜੀ ਤੇ ਸੂਰ ਦਾ ਵੀ ਕਹਿੰਦੇ ਦਿਮਾਗ ਬਹੁਤ ਆ ਹੁਣ ਹੁਣ ਜਿਹੜੇ ਸਾਇੰਟਿਸਟ ਕਹਿ ਰਹੇ ਆ ਪਰ ਉਹ ਬੰਦੇ ਨਾਲ ਇੰਨਾ ਨਹੀਂ ਜੁੜਦੇ ਕੁੱਤਾ ਹੀ ਐਸੀ ਚੀਜ਼ ਮੈਂ ਜੀ ਇੱਕ ਗੱਲ ਸੋਚਦਾ ਹੁੰਨਾ ਹੂੰ ਹੂੰ ਮੈਂ ਪਤਾ ਨਹੀਂ ਅੱਗੇ ਪੌਡਕਾਸਟ ਵਿੱਚ ਗੱਲ ਕੀਤੀ ਕਿ ਨਹੀਂ ਕਿ ਕਿ ਦੇਖੋ ਜੀ ਬੰਦਾ ਜੰਗਲਾਂ ਚੋਂ ਮਦਾ ਸੀਗਾ ਹਾਂ ਜੀ ਹੂੰ ਹੂੰ ਤੇ ਜੰਗਲਾਂ ਦੇ ਵਿੱਚ ਉਹ ਕਿਸੇ ਤਰੀਕੇ ਨਾਲ ਕੁੱਤੇ ਦਾ ਮਿੱਤਰ ਬਣ ਗਿਆ ਨਹੀਂ ਤਾਂ ਬੰਦੇ ਨੂੰ ਆਪਣਾ ਫਿਕਰੇ ਹੀ ਰਹਿੰਦਾ ਸੀ ਦਿਨ ਰਾਤ ਉਹਨੂੰ ਸ਼ੇਰ ਆਪ ਘਿਹੜਾ ਤੋਂ ਬਹੁਤ ਡਰ ਰਹਿੰਦਾ ਸੀ ਹਾਂ ਹਾਂਜੀ ਹਾਂਜੀ ਤੇ ਆਪਣੀ ਜਾਨ ਨੂੰ ਬਚਾਣ ਦੀ ਖਾਤਰ ਹੀ ਬੰਦੇ ਨੇ ਕਦੇ ਰੁੱਖ ਤੇ ਚੜ ਕੇ ਸੌਣਾ ਕਦੇ ਕੋਸ਼ ਕਰਨਾ ਰਾਤ ਨੂੰ ਕਿ ਮੈਨੂੰ ਕੋਈ ਸ਼ੇਰ ਬਗਹਾੜ ਨਾ ਖਾ ਲਵੇ ਹਾਂਜੀ ਹੂੰ 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 ਪਰ ਜਦੋਂ ਬੰਦੇ ਦਾ ਕੁੱਤਾ ਮਿੱਤਰ ਬਣ ਗਿਆ ਤੇ ਬੰਦਾ ਭੇਡਾਂ ਪਾਲਣ ਲੱਪਿਆ ਹੂੰ ਫੇਰ ਉਹਨੂੰ ਬੰਦੇ ਨੂੰ ਆਪਣਾ ਤਾਂ ਫਿਕਰ ਕੀ ਆਪਣੀਆਂ ਭੇਡਾਂ ਦਾ ਵੀ ਫਿਕਰ ਨਹੀਂ ਸੀਗਾ ਕਿਉਂਕਿ ਦੂਰੋਂ ਕੋਈ ਚਿੜੀ ਵੀ ਫੜਕਣੀ ਤਾਂ ਕੁੱਤੇ ਨੇ ਭੌਂਕਣ ਲੱਪੈਣਾ ਬੰਦਿਆਂ ਨੇ ਉੱਠ ਖੜਨ ਹਾਂਜੀ ਹੂੰ ਹੂੰ ਤੇ ਉਹ ਤੋਂ ਬਾਅਦ ਜੀ ਪਿੰਡ ਬਣ ਗਿਆ ਦੇਖ ਲਓ ਉਹ ਭੇਡਾਂ ਪਾਲਣ ਕਰਕੇ ਹਾਂਜੀ ਬੰਦੇ ਨੂੰ ਜਾਨਕਿ ਉਹ ਤਰੱਕੀ ਹੋਣ ਲੱਗ ਪਈ ਤਰੱਕੀ ਹੋਣ ਲੱਗ ਪਈ ਜਦੋਂ ਪਿੰਡ ਬਣ ਗਿਆ ਤੇ ਬੰਦਾ ਬਾਹਰੋਂ ਜੋਂ ਜੂ ਝੁਗਦਾ ਹੁੰਦਾ ਸੀ ਤੇ ਉਹ ਬੰਦਾ ਜੋਂ ਬੀਜਣ ਲੱਗ ਪਿਆ ਤੇ ਖੇਤੀ ਹੋਣ ਲੱਗ ਪਈ ਤੇ ਪਰ ਬੰਦੇ ਲਈ ਆਪਣੇ ਬ੍ਰੌਂਜ਼ ਤੇ ਕਹੇ ਤੇ ਸਾਜ਼ਾਂ ਨਾਲ ਹਥਿਆਰਾਂ ਨਾਲ ਜ਼ਮੀਨ ਪੱਟਣੀ ਬੜੀ ਮੁਸ਼ਕਲ ਸੀ ਹੱਥੀ ਤੇ ਬੰਦੇ ਨੇ ਗਧੇ ਨੂੰ ਪਾਲਤੂ ਬਣਾ ਲਿਆ ਜੀ ਹਾਂਜੀ ਤੇ ਬੰਦਾ ਗਧੇ ਨਾਲ ਕੰਮ ਕਰਨ ਲੱਗ ਪਿਆ ਤੇ ਗਧੇ ਨੇ ਬੜੀ ਹੈਲਪ ਕਰ ਦਿੱਤੀ ਤੇ ਫੇਰ ਜੀ ਉਹ ਤੋਂ ਬਾਅਦ ਜੇ ਹੁਣ ਆਪਾਂ 15ਵੀਂ ਸਦੀ ਤੱਕ ਭਾਰਤ ਕਿੰਨੀ ਤਰੱਕੀ ਕਰ ਗਿਆ ਸੀਗਾ ਤੇ ਯੂਰਪ ਦੇ ਵਿੱਚ ਤਰੱਕੀ ਨਹੀਂ ਹੋਈ ਕਿਉਂਕਿ ਇੱਥੇ ਇੱਥੇ ਸਿਆਲ ਨੂੰ ਠੰਡ ਬਹੁਤ ਹੋ ਜਾਂਦੀ ਹੈ ਹਮ ਹਰੇਕ ਹੀ ਸਿਆਲ ਨੂੰ ਸਾਰੀਆਂ ਸਬਜ਼ੀਆਂ ਸਭ ਕੁਝ ਖਾਣ ਵਾਲਾ ਜਲ ਜੁਲ ਜਾਣਾ ਕਿਉਂਕਿ ਬਰਫ਼ ਪੈ ਜਾਣੀ ਆ ਤੇ ਲੋਕਾਂ ਨੇ ਹਰੇਕ ਹੀ ਸਾਲ ਲੋਕਾਂ ਦੇ ਬਹੁਤ ਸਾਰੇ ਪਸ਼ੂ ਮਰ ਜਾਣੇ ਤੇ ਲੋਕਾਂ ਨੇ ਆਪਣੇ ਠੰਡ ਤੋਂ ਲੁਕਦਿਆਂ ਦਿਨ ਕੱਟਣੇ ਤੇ ਯੂਰਪ ਗਰੀਬੀ 'ਚ ਹੀ ਰਿਹਾ ਜੀ ਇਹਨਾਂ ਇੰਤਜ਼ਾਮ ਨਹੀਂ ਸੀ ਉਦੋਂ ਇੰਤਜ਼ਾਮ ਹੋਏ ਨਾ ਸਕਦਾ ਗਰੀਬ ਗਰੀਬੀ ਦਾ ਕੋਈ ਇੰਤਜ਼ਾਮ ਨਹੀਂ ਸਗਾ ਖਾਣ ਨੂੰ ਮਿਲਦਾ ਨਹੀਂ ਸਗਾ ਸਮਾਨ ਵਿਟਾਮਿਨ ਸੀ ਵਿਟਾਮਿਨ ਡੀ ਦੀ ਬਹੁਤ ਘਾਟ ਸੀ ਲੋਕਾਂ ਨੂੰ ਤੇ ਜਦੋਂ ਜੀ ਇਹ ਆਪਣੇ ਯੂਰਪੀਅਨ ਲੋਕ ਆਏ ਇੱਧਰ ਸਾਊਥ ਅਮਰੀਕਾ 'ਚ ਹਾਂਜੀ ਤੇ ਇਧਰੋਂ 15ਵੀਂ ਸਦੀ ਚ ਆਲੂ ਲੱਗਿਆ ਜੀ ਅੱਛਾ ਜੀ ਆਲੂ ਨੇ ਜੀ ਯੂਰਪ ਦੀ ਭੁੱਖ ਚੱਕਦੇ ਉੱਤੇ ਹਾਂਜੀ ਹੂੰ ਹੂੰ ਤੇ ਉਥੇ ਨਾਲ ਉਥੇ ਇੰਡਸਟਰੀਅਲ ਰੈਵੋਲੂਸ਼ਨ ਆ ਗਿਆ ਯੂਰਪ ਇੰਡ ਗਿਆ ਬਾਕੀ ਦੇ ਮੁਲਕਾਂ ਨਾਲ ਉਹ ਵੀ ਚੀਨ ਨਾਲੋਂ ਮੋਹਰੇ ਨਿਕਲ ਗਿਆ ਇੱਕਦਮ ਹੂੰ ਹਾਂਜੀ ਹੂੰ ਹੂੰ ਤੇ ਪਰ ਮੈਂ ਹੁਣ ਦੇਖਦਾ ਹੁੰਨਾ ਮੈਂ ਕਿਹਾ ਦੇਖੋ ਇਹ ਤਿੰਨ ਚੀਜ਼ਾਂ ਨੇ ਬੜੀ ਜੀਂਦੀਆਂ ਚੀਜ਼ਾਂ ਨੇ ਹੂੰ 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 ਪਹਿਲਾਂ ਕੁੱਤੇ ਨੇ ਫਿਰ ਗਧੇ ਨੇ ਫਿਰ ਆਲੂ ਨੇ ਬੰਦੇ ਨੂੰ ਬਣਾਇਆ ਜੋ ਅਸੀਂ ਅੱਜ ਹੈਗੇ ਆ ਆਈਫੋਨਾਂ ਵਾਲੇ ਹਾਂਜੀ ਹਾਂਜੀ ਪਰ ਤਿੰਨਾ ਦੀ ਕੋਈ ਕਦਰ ਨਹੀਂ ਹਾਂਜੀ ਇਹ ਵੀ ਗੱਲ ਹੈ ਜੀ ਗਾਲ ਕੱਢਣੀ ਤਾਂ ਵੀ ਉਹਨੂੰ ਕੁੱਤਾ ਕਹਿੰਦੇ ਆ ਜਿਹੜਾ ਮੂਰਖ ਉਹਨੂੰ ਗਧਾ ਕਹਿੰਦੇ ਆ ਹਾਂਜੀ ਤੇ ਜਿਹੜੀ ਸਭ ਤੋਂ ਸਸਤੀ ਸਬਜ਼ੀ ਆਲੂ ਦੇਖ ਲਓ ਹੁਣ ਸਾਡੇ ਭੈਣ ਹੁਣੇ ਅਸੀਂ ਤਾਂ ਆਲੂ ਘੱਟ ਬੀਜਦੇ ਸੀਗੇ ਹੂੰ ਹੂੰ ਤੇ ਸਾਡੇ ਭੈਣ ਦਾ ਪਰਿਵਾਰ ਉਹ ਆਲੂਆਂ ਦੀ ਖੇਤੀ ਕਰਦਾ ਸੀ ਕਈ ਕਈ ਸਾਲ ਜੀ ਸੜਕਾਂ ਤੇ ਸੁੱਟਣੇ ਪੈਂਦੇ ਕੋਈ ਪੁੱਛਦਾ ਨਹੀਂ ਹਾਂਜੀ ਉਦਾਂ ਵੀ ਕਹਿ ਦਿੰਦੇ ਆਲੂ ਹੀ ਬਣਾਉਣੇ ਇਹਨਾਂ ਦੀ ਛੱਡੂ ਕੀ ਜਾਣਾ ਹਾਂਜੀ ਮੋਰ ਗਿਆ ਕੋਯਗਦਾਨੀ ਉਹ ਕਹਿੰਦਾ ਯਾਰ ਇੱਥੇ ਠੀਕ ਆ ਜੀ ਇਹ ਕੰਮ ਹਾਂ ਹਾਂ ਆਂਦੀ ਹਾਂਦੀ ਇੱਕ ਗੱਲ ਇਹ ਆ ਜੀ ਕਿ ਅ ਕਿਸੇ ਵੀ ਇੱਕ ਗੱਲ ਦੇ ਵਿੱਚ ਸਾਰੀ ਚੀਜ਼ ਨੂੰ ਉਹਦੀ ਸਮਰੀ ਨਹੀਂ ਬਣਾਈ ਜਾ ਸਕਦੀ ਹਨਾ ਕਿਉਂਕਿ ਤੇ ਪਹਿਲੂ ਬਹੁਤ ਹੁੰਦੇ ਆ ਪਹਿਲੂ ਬਹੁਤ ਕਈ ਤਰੀਕਿਆਂ ਨਾਲ ਦੇਖਿਆ ਜਾ ਸਕਦਾ ਨਾ ਹਰ ਗੱਲ ਨੂੰ ਭਈ ਉਹਦੇ ਵਿੱਚ ਹਾਂ 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 ਜਿੱਦਾਂ ਹੁਣ ਸਾਡਾ ਕੋਈ ਗੀਤ ਆ ਜੇ ਕੋਈ ਉਦਾਸੀ ਦਾ ਗੀਤ ਹੋਵੇ ਉਹਦੇ ਵਿੱਚ ਹੁਣ ਨੱਚਣ ਦੀ ਗੱਲ ਨਹੀਂ ਹੋ ਸਕਦੀ ਹਾਂਜੀ ਹਾਂ ਹਾਂ ਤੇ ਜਿਹੜਾ ਨੱਚਣ ਦਾ ਗੀਤ ਆ ਉਹਦੇ ਵਿੱਚ ਇਹ ਨਹੀਂ ਗੱਲ ਹੋ ਸਕਦੀ ਕਿ ਇਹਦੇ ਨਾਲੇ ਕੱਲ ਨੂੰ ਟੁੱਟਣੀ ਆ ਤੇ ਫੇਰ ਉਹ ਬੈ ਕੇ ਰੋਣਾ ਬੈ ਕੇ ਰੋਣਾ ਹਾਂਜੀ 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 ਐ ਕਿ ਮੈਨੂੰ ਇੱਕ ਪੁੱਛਿਆ ਜੀ ਇੱਕ ਸਵਾਲ ਰੇਡੀਓ ਤੇ ਵੀ ਤੁਸੀਂ ਪੰਜਾਬੀ ਵਿਐਸਏ ਦੀ ਗੱਲ ਕਰਦੇ ਹੋ ਵੀ ਥੋੜਾ ਕੀ ਖਿਆਲ ਹੈ ਵੀ ਤਰੱਕੀ ਨਾ ਕਰਨ ਲੋਕ ਹਾਂ ਮੈਂ ਕਹੇਬ ਦੇਖੋ ਤੁਸੀਂ ਇੱਕ ਗੱਲ ਦੱਸੋ ਮੈਨੂੰ ਕਿ ਜਿਹੜੇ ਸਾਡੇ ਬਜ਼ੁਰਗ ਸੀਗੇ ਜਦੋਂ ਮਖਿਆ ਲਾਈਟ ਨਹੀਂ ਸੀ ਹੁੰਦੀ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਨਿਆਣੇ ਹੋਣੇ ਉਹਨਾਂ ਨੇ ਇੱਕ ਮਾਂ ਨੇ ਪੱਖੀ ਨਾਲ ਝੱਲ ਮਾਰ ਮਾਰ ਕੇ ਇੰਨਿਆ ਜਣਾਂ ਨੂੰ ਹਵਾ ਦੇਣੀ ਰੋਟੀ ਪਕਾ ਕੇ ਦੇਣੀ ਚੁੱਲ੍ਹੇ ਤੇ ਤੂੰ ਆਪ ਆਪ ਵਾਖਾਂ ਚ ਤੇ ਉਹਨੇ ਹਨਾ ਜਿਹੜਾ ਹਾਲ ਬੋਣਾ ਨੰਗੇ ਪੈਰੀ ਹਨਾ ਟੀਵੀ ਟੁੱਟ ਜਾਣੀ ਤੇ ਮੈਂ ਕਹੇਬ ਤੁਸੀਂ ਚਾਹੁੰਦੇ ਹੋ ਵੀ ਅੱਜ ਏਸੀ ਚ ਬਹਿ ਕੇ ਉਹਨਾਂ ਗੱਲਾਂ ਨੂੰ ਭੁੱਲ ਜੀਏ ਹਾਂ ਹਣਾ ਜਿਹੜੇ ਸਾਡੇ ਗੁਰੂ ਪੀਰ ਆ ਜਿੰਨਾਂ ਨੇ ਕੁਰਬਾਨੀਆਂ ਦਿੱਤੀਆਂ ਜਾਂ ਸਾਡੇ ਸ਼ਹੀਦ ਨੇ ਉਹਨਾਂ ਨੂੰ ਇਦਾਂ ਹੀ ਦੱਸਿਆ ਜਾ ਸਕਦਾ ਨਾ ਇਦਾਂ ਹੀ ਜੋੜਿਆ ਜਾ ਸਕਦਾ ਇੱਕ ਜਿਹੜਾ ਰਾਈਟਰ ਆ ਜਾਂ ਗਾਇਕ ਆ ਉਹ ਇਦਾਂ ਹੀ ਜੁੜੂਗਾ ਨਾਲ ਹੈਨਾ ਇਦਾਂ ਹੀ ਜੋੜਨਾ ਵੀ ਚਾਹੀਦਾ ਹੈਨਾ ਤਰੱਕੀ ਤਰੱਕੀ ਜ਼ਰੂਰ ਕਰੋ ਪਰ ਪਿਛਲੀ ਆਪਣੀ ਜੜਨਾ ਵੱਡੋ ਜੜਨਾ ਤਾਂ ਫਿਰ ਇਦਾਂ ਹੀ ਜੁੜਿਆ ਜਾਓ ਜਿਹੜਾ ਬੰਦਾ ਇਦਾਂ ਦਾ ਪ੍ਰਸ਼ਨ ਪੁੱਛਦਾ ਉਹਨੂੰ ਇਹ ਵੀ ਕਹਿਣਾ ਬਣਦਾ ਹਮਮ ਪਹਿਲੀ ਗੱਲ ਤਾਂ ਤਰੱਕੀ ਨੂੰ ਆਪਾਂ ਕਹਿੰਦੇ ਨਹੀਂ ਆਪਾਂ ਤਾਂ ਪੂਰੇ ਪ੍ਰੋਗਰੈਸਿਵ ਆ ਤੁਸੀਂ ਦੇਖੋ ਕਿ ਆਪਾਂ ਤਾਂ ਆਪ ਪॉडਕਾਸਟਾਂ ਕਰ ਰਹੇ ਆ ਤਾਂ ਆਪਾਂ ਸਾਰੇ ਮਾਡਰਨ ਕੰਮ ਕਰ ਰਹੇ ਆ ਹਾਂਜੀ ਤੇ ਜਿਹੜਾ ਵਿਰਸਾ ਪਹਿਲੀ ਗੱਲ ਇਹ ਹੈ ਜੀ ਕਿ ਕਈ ਵਿਰਸੇ ਦੇ ਵਿੱਚ ਚਲੋ ਗਲਤ ਗੱਲਾਂ ਹੁੰਦੀਆਂ ਆ ਆਪਾਂ ਉਹਨਾਂ ਨੂੰ ਛੱਡਣ ਲਈ ਵੀ ਕਹਿੰਨੇ ਆ ਇਦਾਂ ਨਹੀਂ ਕਹਿੰਦੇ ਕਿ ਵਿਰਸੇ ਦੀ ਹਰ ਇੱਕ ਗੱਲ ਨੂੰ ਗਲਤ ਚਾਹੀ ਲਾ ਦਿਓ ਹਾਂਜੀ ਪਰ ਸਾਨੂੰ ਇਹ ਕਿੱਦਾਂ ਪਤਾ ਲੱਗੂ ਕਿ ਸਾਡੇ ਆ ਰਸਮ ਮਾੜੀ ਸੀ ਯਾ ਰਸਮ ਚੰਗੀ ਸੀ ਜੇ ਅਸੀਂ ਉਹਦੇ ਬਾਰੇ ਦੇਖਾਂਗੇ ਨਹੀਂ ਪਹਿਲੀ ਗੱਲ ਤਾਂ ਇਹ ਆ ਦੂਜੀ ਗੱਲ ਇਹ ਆ ਕਿ ਜਿਹੜੇ ਸਾਡੇ ਬਜ਼ੁਰਗ ਜੇ ਉਦਾਂ ਜਿਉਂਦੇ ਸੀਗੇ ਜਾਂ ਜਿੱਦਾਂ ਤੁਸੀਂ ਹੁਣ ਆ ਗੱਲ ਕੀਤੀ ਆ ਬਿਲਕੁਲ ਕਿ ਮਾਂ ਪੱਖੀ ਚੱਲਦੀ ਸੀ ਧੂਏ ਨਾਲ ਰੋਟੀ ਪਕਾਉਂਦੀ ਸੀਗੀ ਹਾਂਜੀ ਹੂੰ ਹੂੰ ਜੇ ਉਹ ਨਾ ਪਕਾਉਂਦੀ ਹੁੰਦੀ ਜੇ ਉਹ ਨਾ ਹੁੰਦੀ ਤਾਂ ਜਿਹੜਾ ਅੱਜ ਤਰੱਕੀ ਦੀ ਗੱਲ ਬੰਦਾ ਕਰਦਾ ਆ ਜਾਂ ਵਿਰਸੇ ਨੂੰ ਭੁੱਲਣ ਦੀ ਗੱਲ ਕਰਦਾ ਤਾਂ ਉਹ ਕਿੱਥੋਂ ਹੁੰਦਾ ਹੂੰ ਉਹਨ ਹੋਣਾ ਹੀ ਨਹੀਂ ਸਕੇਗਾ ਮੰਨੇ ਹੋਣਾ ਇਹ ਨਹੀਂ ਸੀ ਹਨਾ ਹਾਂ ਜੇ ਜੋ ਗੱਲਾਂ ਕਰਦੇ ਆ ਨਾ ਫਿਰ ਗੱਲਾਂ ਨਾਲ ਹੀ ਗੱਲ ਬਣਦੀ ਆ ਕੋਈ ਮਾੜੀ ਗੱਲ ਆ ਉਹਦਾ ਵੀ ਸੁਧਾਰ ਹੁੰਦਾ ਚੰਗੀ ਆ ਤਾਂ ਉਹ ਵੀ ਫੈਲਦੀ ਆ ਹਾਂਜੀ ਉਹ ਕਿਸੇ ਵੀ ਰੂਪ ਚ ਕੀਤੀ ਜਾ ਸਕਦੀ ਆ ਕਿਸੇ ਕਿਤਾਬ ਦੇ ਰੂਪ ਚ ਕਿਸੇ ਗੀਤ ਦੇ ਰੂਪ ਚ ਕਿਸੇ ਕਵਿਤਾ ਦੇ ਰੂਪ ਚ ਕਿਸੇ ਵੀ ਤਰ੍ਹਾਂ ਹੁੰਦਾ ਜੀ ਹਾਂਜੀ ਹਾਂਜੀ ਕੋਈ ਕੋਮੇਡੀ ਕਰਕੇ ਕੀਤੀ ਜਾ ਸਕਦੀ ਆ ਕਿੱਦਾਂ ਵੀ ਹੁੰਦਾ ਜੀ ਦੋ ਪੱਖ ਆ ਇਸ ਚੀਜ਼ ਦੇ ਗੱਲ ਦੇ ਕਾਰਨ ਦੇ ਹੂੰ ਹਮ ਇੱਕ ਤਾਂ ਇਹ ਆ ਕਿ ਆਪਾਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਯਾਦ ਰੱਖਣਾ ਯਾਦ ਰੱਖਣਾ ਹਾਂ ਜੀ ਇਹ ਨਹੀਂ ਅਸੀਂ ਕਹਿੰਦੇ ਕਿ ਪੰਜਾਬੀ ਵਿਰਸੇ ਨੂੰ ਹੀ ਯਾਦ ਰੱਖਣਾ ਅਸੀਂ ਪੰਜਾਬੀ ਵਿਰਸੇ ਨੂੰ ਇਸ ਕਰਕੇ ਯਾਦ ਰੱਖਣਾ ਕਿਉਂਕਿ ਅਸੀਂ ਪੰਜਾਬੀ ਆ ਹਾਂ ਜੀ ਤੇ ਜਿਨ੍ਹਾਂ ਦਾ ਮੰਗੋਲੀਅਨ ਵਿਰਸਾ ਉਹ ਮੰਗੋਲੀਅਨ ਵਿਰਸੇ ਨੂੰ ਯਾਦ ਰੱਖਣ ਉਹ ਰੱਖ ਵੀ ਰਹੇ ਆ ਜੀ ਤਕਰੀਬਨ ਆਪਾਂ ਕਿੰਨੇ ਥਾਵਾਂ ਤੇ ਜਾ ਕੇ ਦੇਖਿਆ ਤੇ ਉਹਨਾਂ ਦੇ ਮਿਊਜ਼ੀਅਮ ਬਣੇ ਹੋਏ ਆ ਉਹਨਾਂ ਨੇ ਆਪਣੀਆਂ ਵਿਰਾਸਤਾਂ ਨੂੰ ਸੰਭਾਲਿਆ ਹੋਇਆ ਆ ਸਮਾਹ ਲਿਆ ਹੋਇਆ ਤੇ ਸੰਭਾਲ ਰਹੇ ਆ ਤੇ ਇਹ ਕੰਟੀਨਿਊਸ ਕੰਮ ਆ ਲਗਾਤਾਰ ਕਰਨਾ ਪੈਂਦਾ ਇਹਦੇ ਬਾਰੇ ਇਦਾਂ ਨਹੀਂ ਪੇ ਇੱਕ ਵਾਰ ਕਰ ਦਿੱਤਾ ਸੀਗਾ ਜੀ ਆਪਾਂ ਉਹ ਖੇਸੀ ਰੱਖ ਜਿਓ ਆ ਦਾਦੀ ਵਾਲੀ ਮੁੜ ਕੇ ਜਦ ਦੇਖਣਾ ਤਾਂ ਉਹਨੂੰ ਸੈਂਕ ਨੇ ਖਾਧਾ ਆ ਹੁਣ ਹਣਾ ਬਿਲਕੁਲ ਜੀ ਬਿਲਕੁਲ ਉਹ ਕੱਢ ਕੇ ਉਚਾੜਨੀ ਵੀ ਪੈਂਦੀ ਹਰ ਹਫਤੇ ਹੂੰ ਝਾੜਨੀ ਵੀ ਪੈਂਦੀ ਹੈ ਤੇ ਇੱਕ ਤਾਂ ਜੀ ਇਹ ਗੱਲ ਆ ਕਿ ਆਪਾਂ ਉਹਨਾਂ ਨੂੰ ਗੱਲਾਂ ਨੂੰ ਯਾਦ ਰੱਖਣਾ ਦੂਜੀ ਗੱਲ ਇਹ ਆ ਕਿ ਜਿੱਦਾਂ ਹੁਣ ਆਪਣਾ ਕੰਮ ਤਾਂ ਹੈ ਜੀ ਆਰਟਿਸਟਾਂ ਗਾਉਂਦੇ ਆ ਤੇ ਕਮੀਡੀਅਨ ਕਾਮੇਡੀ ਕਰਦੇ ਆ ਤੇ ਆਪਾਂ ਦਿਲ ਵੀ ਆਪਣਾ ਲਾਉਣਾ ਤੇ ਹਾਂਜੀ ਹਾਂਜੀ ਪਰ ਜੇ ਕੋਈ ਬੰਦਾ ਇਹ ਸੋਚੇ ਕਿ ਮੈਂ ਚੰਗਾ ਕੰਮ ਕਰਕੇ ਦਿਲ ਲਾਉਣਾ ਹੂੰ ਹੂੰ ਤਾਂ ਉਹ ਵਧੀਆ ਗੱਲ ਆ ਬਿਲਕੁਲ ਜੀ ਬਿਲਕੁਲ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਕੋਈ ਘੜਿਆ ਨਹੀਂ ਜਾਂ ਕਾੜਦਿਆਂ ਜੋ ਉਹਨਾਂ ਨੇ ਦੇਖਿਆ ਉਹ ਹੀ ਲਿਖਣਾ ਨਾ ਉਹਨਾਂ ਨੇ ਪਰ ਉਹ ਗੀਤ ਦੀ ਕੋਈ ਕੁਛ ਨਾ ਕੁਛ ਉਹਦੇ ਵਿੱਚ ਹੋਵੇ ਯਾਨੀ ਉਹ ਦਿਸੇ ਕਿਤੇ ਹੈ ਨਾ ਜਿ ਕਿਸੇ ਨੂੰ ਉਹ ਚੰਗੀ ਗੱਲ ਆ ਜੇ ਉਹਨੂੰ ਉਹਨੂੰ ਆਜੂ ਤਾਂ ਵਧੀਆ ਗੱਲ ਹਾ ਹਾ ਜੀ ਇਹ ਇਹੀ ਗੱਲ ਆ ਕਿ ਆਰਟਿਸਟ ਨਾ ਆਪਣੇ ਨੂੰ ਚੋਣ ਵਧੀਆ ਕਰੇ ਪਰ ਜੀ ਇਦਾਂ ਆ ਨਾ ਮੰਗਲ ਜੀ ਕਿ ਕਈ ਵਾਰ ਜਦਾਂ ਬੰਦੇ ਤੇ ਆਪਣਾ ਵੀ ਬੰਦੇ ਦੀ ਰੁਚੀ ਵੀ ਹੁੰਦੀ ਆ ਪਰ ਹਾਂਜੀ ਉਹਦੇ ਆਲੇ ਦੁਆਲੇ ਅਸਰ ਇਦਾਂ ਦਾ ਪੈ ਜਾਂਦਾ ਕਿ ਉਹ ਜੋ ਕੁਝ ਕਰਨਾ ਚਾਹਦਾ ਹੁੰਦਾ ਕਰ ਨਹੀਂ ਸਕਦਾ ਕਈ ਵਾਰੀ ਜ਼ਿੰਦਗੀ ਦਾ ਰਾਹ ਇਦਾਂ ਦਾ ਵੀ ਬਣ ਜਾਂਦਾ ਕਈ ਵਾਰੀ ਐਦਾ ਜੀ ਇੱਕ ਆਪਣੀ ਕਹਾਵਤ ਵੀ ਆ ਵੀ ਲੰਡੇ ਨੂੰ ਮੀਣਾ ਮਿਲ ਪੈਂਦਾ ਬਈ ਹੈ ਨਾ ਹਾਂਜੀ ਹਾਂਜੀ ਅਸਲ ਤੇ ਇੱਕ ਇੱਕ ਗੱਲ ਆ ਜੀ ਇੱਕ ਸੱਚੀ ਗੱਲ ਆ ਜੀ ਇਹ ਕਹਿੰਦੇ ਵੀ ਪ੍ਰਾਣੀ ਲੰਡੇ ਨੂੰ ਮੀਣੇ ਵਾਲੀ ਹਾਂਜੀ ਇਹ ਮੋਗੇ ਨਾ ਮੰਡੀ ਲੱਗਦੀ ਆ ਜੀ ਟਰੈਕਟਰਾਂ ਦੀ ਵੀ ਤੇ ਪਸ਼ੂਆਂ ਦੀ ਵੀ ਬਹੁਤ ਮਸ਼ਹੂਰ ਮੰਡੀ ਲੱਗਦੀ ਆ ਹਾਂਜੀ ਤੇ ਇੱਕ ਨਾ ਤੰਬੂਆ ਦੇ ਵਿੱਚ ਲਿਖਦੇ ਹੁੰਦੇ ਸੀ ਪਹਿਲਾਂ ਮੰਡੀਆਂ ਦੇ ਵਿੱਚ ਨਾ ਤੰਬੂ ਤੇ ਲੇਖ ਲਿਖਾਈ ਨਹੀਂ ਹੁੰਦੀ ਜਿਹੜਾ ਪਰਨੋਟ ਤੇ ਲਿਖਦੇ ਹੁੰਦੇ अच्छा अच्छा हां जी ओ हो हां जी ओ तंबू ਹੁੰਦਾ ਸੀ ਉਹਨਾਂ ਦਾ ਲੱਗਿਆ ਤੇ ਤੰਬੂ 'ਚ ਲਿਖਦੇ ਹੁੰਦੇ ਸੀ ਤਾਂ ਦੂਰ ਇੱਕ ਮੀਣੀ ਜਿਹੜੀ ਗਾਂ ਸੀ ਬਹੁਤ ਜਿਆਦਾ ਸੋਹਣੀ ਮੀਣੀ ਜਾਨੀ ਥੱਲੇ ਨੂੰ ਸੰਗ ਤੇ ਸੰਗ ਜਿਹੋ ਤੇ ਹਲਦੇ ਹੁੰਦੇ ਆ ਹਾਂ ਜੀ ਤੇ ਮੀਣੀ ਮੀਣੀ ਗਾਤੇ ਉਹਦਾ ਜਿਹੜਾ ਦੂਜੇ ਪਾਸੇ ਖੜਾ ਸੀਗਾ ਜੀ ਇੱਕ ਬਲਦ ਹੂੰ ਤੇ ਬਲਦ ਲੰਡਾ ਸੀ ਉਹਦਾ ਲੰਡਾ ਸੀਗਾ ਤੇ ਪੂਰੀ ਉਹਦੀ ਬੰਦ ਬੁੰਦ ਤੇ ਟਕੜਾ ਬਹੁਤ ਜ਼ਿਆਦਾ ਉਹ ਹੈ ਨਾ ਤੇ ਦੂਰ ਖੜੇ ਜਿਹੜਾ ਮੀਣੀ ਆਲਾ ਕਹਿੰਦਾ ਕਹਿੰਦਾ ਜੇ ਆਹ ਬਲਦ ਮੈਨੂੰ ਮਿਲ ਜੇ ਤਾਂ ਜ਼ਿਆਦਾ ਹੀ ਆ ਜੀ ਉਹ ਕਹਿੰਦਾ ਜੇ ਆਹ ਗਾਂ ਮਿਲ ਜੇ ਤਾਂ ਇਹਦਾ ਲੇਵਾ ਲੋਵਾ ਕਿ ਨਾ ਕਿੰਨੀ ਕਹ ਵਧੀ ਜਾ ਗਾਂ ਹੈ ਨਾ ਤੇ ਇਹ ਮੈਨੂੰ ਮਿਲ ਜੇ ਤਾਂ ਹਾਂ ਉਹਨਾਂ ਨੇ ਜੀ ਉੱਥੇ ਖੜਿਆ ਨਹੀਂ ਉਹਦਾ ਵੱਟਾ ਸੱਟਾ ਕਰ ਲਿਆ ਦੂਰ ਖੜਿਆ ਨਹੀਂ ਹਾਂ ਦੂਰ ਖੜਿਆ ਨਹੀਂ ਵੱਟਾ ਸੱਟਾ ਕਰ ਲਿਆ ਤੇ ਤੰਬੂ ਜੇ ਤੇ ਲੇਖ ਲਿਖਾਈ ਵੀ ਹੋ ਗਈ ਉਹਨਾਂ ਦੀ ਹੈ ਨਾ ਲਿਖ ਲਿਆ ਪਰਨੋਟ ਲਿਖ ਲਿਆ ਉਹਨਾਂ ਨੇ ਹਾਂ ਲਿਖ ਲਿਖਾ ਜਦੋਂ ਤੇ ਮੁੜ ਕੇ ਨਾ ਇਹ ਲੰਡੇ ਵਾਲਾ ਕਹਿੰਦਾ ਯਾਰ ਮੇਰਾ ਲੰਡਾ ਤਾਂ ਮਾਰਦਾ ਬਹੁਤ ਅਜੀਬੀ ਮੀਣੀ ਮਿਨਾ ਹੀ ਹੋਵੇ ਕਿਤੇ ਹਾਂ ਤੈਨੂੰ ਪੁੱਛ ਨਾ ਲਵਾਂ ਵੀ ਤੂੰ ਕਿਹੜੇ ਕਿਹੜੇ ਦੱਖੋਂ ਵੇਚੀ ਆ ਹਨਾ ਤੇ ਉਹ ਫਿਰ ਉਹਨਾਂ ਦੀ ਉਹਨਾਂ ਦੀ ਨਾ ਇੱਕ ਮੈਨੂੰ ਜਿਆਦੇ ਤਾਂ ਜਾਤ ਨਹੀਂ ਮੈਨੂੰ ਥੋੜਾ ਜਿਹਾ ਪਤਾ ਉਹ ਕਹਿੰਦਾ ਵੀ ਆਖੇ ਲੰਡੇ ਵਾਲਾ ਭਾਈ ਜੀ ਹੂੰ ਹੁਣ ਹੋ ਗਈ ਲੇਖ ਲਖਾਈ ਜੀ ਹਾਂ ਹੁਣ ਹੋਣੀ ਨਾ ਮੋੜ ਮੜਾਈ ਜੀ ਹਾਂ ਗੱਲ ਦੱਸ ਦੇ ਬੋਲ ਕੇ ਮੁੱਖੋਂ ਹੀ ਮੀਣੀ ਵੇਚੀ ਕਿਹੜੇ ਦੱਖੋਂ ਤੂੰ ਕਹਿੰਦਾ ਉਹ ਵੀ ਅਗੋ ਕਹਿੰਦਾ ਉਹ ਕਹਿੰਦਾ ਗੱਲ ਸੁਣੋ ਭਾਈ ਸਾਹਿਬ ਹਾਂ ਗੱਲ ਸੁਣੋ ਭਾਈ ਸਾਹਿਬ ਇਸ ਗੱਲ ਨੂੰ ਰਹਿਣ ਦੇ ਗੈਬ ਹਾਂ ਗੱਲ ਸੁਣੋ ਭਾਈ ਸਾਹਿਬ ਇਸ ਗੱਲ ਨੂੰ ਰਹਿਣ ਦੇ ਗੈਬ ਜਾਂ ਫਿਰ ਕਹਿੰਦਾ ਦੱਸ ਦੇ ਲੰਡੇ ਦੇ ਐਬ ਤੇ ਪੁੱਛ ਲਾ ਮਣੀ ਦੇ ਐਬ ਹਾਂ ਉਹ ਫਿਰ ਐਬ ਦੱਸ ਰਿਹਾ ਜੀ ਉਹਨਾਂ ਨੂੰ ਕਹਿੰਦਾ ਭਾਵੇਂ ਕਿਤਨੀ ਕੁ ਪੈਲੀ ਵਾਈਏ ਭਾਵੇਂ ਕਿਤਨਾ ਖਬੀ ਵਿੱਚ ਪਾਈਏ ਐਡਾ ਜਾਣੋ ਜਾਣਾ ਉੱਥੇ ਉਹ ਕਹਦਾ ਨਹੀਂ ਇੱਕ ਵੀ ਦਾਣਾ ਹਨਾ ਉਹ ਕਹਿੰਦਾ ਕਹਿੰਦਾ ਖਸਮਾਂ ਨੂੰ ਖਾਣੀ ਢਾਂਡੀ ਹਾਂ ਕਨੋਂ ਡਾਰਦੀ ਦਾ ਨਿਕਲ ਦਿਵਾਨੀ ਗਵਾਂਡੀ ਨਤ ਪੰਨ ਦੀ ਪੰਜਾਂ ਦੀ ਦੋਣੀ ਤਾਰ ਛੱਡਤੀ ਅਸੀਂ ਵੀ ਚੋਣੀ ਮੈਂ ਤਾਂ ਸਿਆਪਾ ਹੀ ਪੈ ਗਿਆ ਹਨਾ ਉਹ ਕੋਲ ਅੱਗੋ ਕਹਿੰਦਾ ਐਤੋਂ ਅਗਲੀ ਗੱਲ ਸੁਣ ਬਈ ਕੱਲ ਤਾਇਆ ਗਿਆ ਅਸੀਂ ਲੰਡੇ ਨੂੰ ਪਾਣੀ ਪਿਉਉਣ ਹਾਂ ਤੇ ਤਾਇਏ ਨੇ ਕੀਤਾ ਸੰਗਲ ਡੋਣ ਤੇ ਤਾਇਏ ਦੀ ਤੋੜੀ ਤੋਣ ਹਨਾ ਉਹ ਕਹਿੰਦਾ ਭਰਾਵਾ ਮੈਂ ਨਹੀਂ ਤੋਣ ਤੜਾਉਣੀ ਤੇ ਦੋਨਾਂ ਨੇ ਉੱਥੇ ਮੋਗੇ ਵਾਲੀ ਮੰਡੀ ਤੇ ਲੰਡਾ ਵੀ ਛੱਡਤਾ ਤੇ ਉਹ ਮੀਣੀ ਵੀ ਛੱਡਦੀ ਤੇ ਉੱਥੇ ਛੱਡ ਕੇ ਮੱਥਾ ਟੇਕ ਕੇ ਤੇ ਕੰਮ ਆ ਗਿਆ ਤੂ ਕਰਕੇ ਵੀ ਕਈ ਜੀ ਨਾ ਲੰਡੇ ਨੂੰ ਮੀਣਾ ਮਿਲ ਪੈਂਦਾ ਆ ਵੀ ਉਹ ਬਿਨਾ ਗੁੰਜ ਜਾਣੇ ਦੂਰ ਹੋਈਆਂ ਨਾ ਦੇਖ ਦੇਖ ਪਾ ਕੀ ਆਏ ਹੋ ਜਾਂਦਾ ਜੀ ਉਹਨਾਂ ਨੂੰ ਹਾਂਜੀ 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 ਤੇ ਉਹਦੋਂ ਦੀਏ ਗੱਲ ਬਣਾਤੀ ਜੀ ਲੋਕਾਂ ਨੇ ਹਾਂ ਦੇਖ ਲਓ ਤੇ ਉਹ ਲੰਡੇ ਨੂੰ ਮੀਣਾ ਉਹਦਾ ਕਹਿੰਦੇ ਹੁੰਦੇ ਏਦਾਂ ਕਹਿੰਦੇ ਲੰਡੇ ਨੂੰ ਮੀਣਾ ਵਾਲ ਪਾ ਕੇ ਮਿਲ ਪੈਂਦਾ ਹਨਾ ਵਾਲ ਪਾ ਕੇ ਮਿਲਦਾ ਹਾਂਜੀ 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 ਉਹ ਇਦਾਂ ਹੁੰਦਾ ਕਿ ਜੀ ਜਿੱਦਾਂ ਨਾ ਕਈ ਵਾਰੀ ਨਾ ਜਿਹੜੀ ਮਿੱਤਰਤਾ ਉਹ ਨਾਲ ਦੇ ਬੰਦੇ ਨਾਲ ਹੋ ਜਾਂਦੀ ਉਹਦਾ ਇੱਥੇ ਵਰਤਦੇ ਹੁੰਦੇ ਇਹ ਖਾਨ ਹਾਂਜੀ ਹਾਂਜੀ ਜਿਹਦੇ ਵਿੱਚ ਕੋਈ ਆਪਣਾ ਐਪ ਹੁੰਦਾ ਉਹ ਆਪਣੇ ਵਰਗੇ ਐ ਵਾਲਾ ਕੋਈ ਲੱਭ ਲੈਂਦਾ ਹਾਂਜੀ ਹਾਂ ਇਹ ਤਾਂ ਇਹ ਤਾਂ ਪੱਕੀ ਗੱਲ ਆ ਜੀ ਇਹ ਹਾਂ ਆਹ ਜਿਹਦੇ ਵਿੱਚ ਕੋਈ ਵਧੀਆ ਗੱਲ ਹੁੰਦੀ ਆ ਉਹ ਆਪਣੇ ਵਰਗਾ ਬੰਦਾ ਲੱਭ ਲੈਂਦਾ ਜਿਹਨੂੰ ਸਾਇੰਸ ਵਿੱਚ ਰੁਚੀ ਉਹਦੀ ਸਾਇੰਸ ਵਾਲਿਆਂ ਨਾਲ ਦੋਸਤੀ ਹੋ ਜਾਂਦੀ 뮤직 ਵਾਲਿਆਂ ਦੀ 뮤직 ਵਾਲਿਆਂ ਨਾਲ ਹੋ ਜਾਂਦੀ ਆ ਇੱਥੇ ਮੈਂ ਹੁਣ ਦੀ ਗੱਲ ਆ ਜੀ ਇੱਥੇ ਇੱਥੇ ਦਿওলਨਗਰ ਕਮੇਲਾ ਸੀਗਾ ਆਪਣਾ ਕਾਕਾ ਜੋਗੀ ਨਹੀਂ ਢੋਲੀ ਆਪਣਾ ਬਹੁਤ ਹਾਂ ਹੁੰਦਾ ਮਸ਼ਹੂਰ ਆ ਤੇ ਉਹਨੇ ਆਪਣੇ ਵੇਸੇ ਤੇ ਵੀ ਹੁੰਦਾ ਜਿਹੜਾ ਤੇ ਉਹਨੇ ਮੇਲਾ ਕਰਵਾਇਆ ਸੀ ਤੇ ਇੱਕ ਛੋਟਾ ਜਿਹਾ ਮੁੰਡਾ ਕਹਿੰਦਾ ਨਿਗਾਜ ਆ 12 13 ਸਾਲਾਂ ਦਾ ਤੇ ਉਹਨੇ ਮੈਨੂੰ ਬੜੇ ਵਧੀਆ ਅ ਸੁਣਾਈਆਂ ਉਹਨੇ ਆਪਣੀ ਆਪਣੀਆਂ ਰਚਨਾਵਾਂ ਹੂੰ ਜਦੋਂ ਸੁਣਾਈਆਂ ਤੇ ਮੈਂ ਉਹਨੂੰ ਕਿਹਾ ਬਈ ਹਾਂ ਇਹ ਤੂੰ ਕਿਤੇ ਲਿਖੀ ਆ ਹੂੰ ਕਦੋਂ ਇਹ ਨੀ ਨੁ ਜਵਾਨੀ ਜਾਤ ਤਾਂ ਮੈਂ ਬੜਾ ਹੈਰਾਨ ਹੋਇਆ ਮੈਂ ਇਹ ਤਾਂ ਬੜੀ ਕਮਾਲ ਦੀ ਗੱਲ ਆ ਤੇ ਨੀ ਜਵਾਨੀ ਜਾਤ ਤਾਂ ਨਾ ਬਹੁਤ ਵਧੀਆ ਗੱਲ ਆ ਪਰ ਮੈਂ ਕਹਿੰਦਾ ਕਿ ਇਹਨੂੰ ਲਿਖ ਵੀ ਲਿਆ ਕਰ ਕਈ ਵਾਰੀ ਜਿਹੜੀ ਜਵਾਨੀ ਜਾਤ ਚੀਜ਼ ਆ ਹਨਾ ਜੇ ਕਿਤੇ ਲਿਖੀ ਵੀ ਜ਼ਰੂਰੀ ਹੋਣੀ ਚਾਹੀਦੀ ਆ ਤੇ ਪਰ ਹੁਣ ਇਹ ਕੰਮ ਇਹਦੇ ਉਹ ਛੋਟਾ ਜਿਹਾ ਸੀ ਹਨਾ ਕਿਸੇ ਵਧੀਆ ਚਿਹਨਕ ਲੱਗੀ ਹੋਈ ਆ ਉਹਨੂੰ ਪਰ ਹੁਣ ਜਿਹੜੇ ਕੋਈ ਗੌਂਦੇ ਆ ਮੁੰਡੇ ਨਵੇਂ ਜਾਂ ਕੁਛ ਕਈ ਜਿਹੜੀ ਦੇਖੀ ਦਾ ਵੀ ਮਹਿਫਲ ਚ ਅੱਦਾ ਗੀਤ ਗਾਉਣਾ ਹੁੰਦਾ ਜਿਵੇਂ ਤਾਂ ਉਹ ਫੋਨ ਤੋਂ ਦੇਖ ਕੇ ਹੀ ਗਾਉਂਦੇ ਆ ਮੈਂ ਕਈ ਵਾਰੀ ਸੋਚਦਾ ਵੀ ਜੇ ਫੋਨ ਦੀ ਬੈਟਰੀ ਡਾਊਨ ਹੋ ਜਾਈ ਤਾਂ ਡੱਗ ਡੁੱਗ ਪਾਵੇਂ ਹਾਂਜੀ ਜਾਂ ਫਿਰ ਕੋਈ ਚਾਰ ਚਰੀ ਉਹਦਾ ਖਤਮ ਹੋ ਖਣਦਾ ਕਿੱਦਾਂ ਹਾਂਜੀ ਹਾਂਜੀ ਫਿਰ ਕਹੀ ਗੱਲ ਹਨਾ ਠਿਰ ਗਈ ਗੱਲ ਜੀ ਠਿਰ ਗਈ ਗੱਲ ਹੁਣ ਵੀ ਤੁਸੀਂ ਮਹਿਫਲਾ ਕਰਦੇ ਆ ਤੇ ਬੜੀ ਮਸ਼ਹੂਰ ਚੀਜ਼ ਆ ਕੇ ਮੰਗਲ ਅਡੂਰ ਹੋਣਾ ਦੀ ਮਹਿਫਲ ਤੇ ਤੁਸੀਂ ਦਿਲ ਲਾ ਦਿੰਦੇ ਆ 2 ਘੰਟੇ ਗੱਲ ਹੋਈ ਜਾਵੇ 2 ਹੋਈ ਜਾਵੇ 3 ਹੋਈ ਜੀ 3 ਹੋਈ ਜਾਵੇ 4 ਹੁੰਦੀ 4 ਹੋਈ ਜਾਵੇ ਤੇ ਨਾਲੇ ਉੱਥੇ ਜਿੰਨੀ ਕਵਤਾ ਦੀ ਜ਼ਰੂਰਤ ਹੁੰਦੀ ਆ ਉਹ ਤਾਂ ਕਈ ਕਿਤਾਬਾਂ ਮੁੱਕ ਜਾਂਦੀਆਂ ਉੱਥੇ ਤਾਂ ਜਿੱਦਾਂ ਤੁਸੀਂ ਲਗਾਤਾਰ ਹਾਂਜੀ ਗੀਤ ਦਾ ਉੱਤੇ ਡੇਢ ਮਿੰਟ ਚ ਮੁੱਕ ਜਾਂਦਾ ਜੀ ਗੀਤ ਹਾਂਜੀ ਹਾਂਜੀ ਬਿਨਾ ਸਾਜ ਜਾ ਤੋ ਬਿਨਾ ਸਾਜ ਜਾ ਤੋ ਉਹਦੇ ਮੁੱਕ ਜਾਂਦਾ ਹਾਂ ਇਹ ਉੱਪਰ ਕਿੰਨਾ ਖ ਦੇਖੀ ਜਾਵਾਂਗੇ ਹਾਂਜੀ ਹਾਂ ਹਾਂ ਤੇ ਕਈ ਵਾਰੀ ਤਾਂ ਉੱਠ ਕੇ ਕਈ ਸੱਜਣ ਆਉਂਦੇ ਆ ਵੀ ਯਾਰ ਦੇਖਦਾ ਕਿੱਥੋਂ ਆ ਤੂੰ ਹਨਾ ਮੈਂ ਨਹੀਂ ਦੇਖਣਾ ਕਿੱਥੋਂ ਉਹਦੇ ਚੱਲਦੀ ਜਾਂਦਾ ਜੀ ਹਨਾ ਕੰਮ ਹਾਂ ਹਾਂ ਜਿੰਨਾ ਚਿਰ ਚੱਲਦਾ ਜੀ ਇੱਕ ਦਿਨ ਮੈਂ ਸੀਗਾ ਜੀ ਇੱਥੇ ਮੈਲਬਰਨ ਤੇ ਇੱਕ ਮੁੰਡੇ ਨੇ ਉੱਠ ਕੇ ਫਰਮਾਇਸ਼ ਕੀਤੀ ਜੀ ਦੇਖੋ ਤੁਸੀਂ ਵੀ ਹਰਾ ਨਹੀਂ ਰਹਿ ਜਾਣਾ ਹੂੰ ਬਈ ਤੇਰੀ ਸ਼ਾਨ ਬਣੀ ਰਹੇ ਅਸੀਂ ਸਿਰ ਨੂੰ ਝੁਕਾਇਆ ਹਾਂ ਤੇ ਕੁਦਰਤੀ ਮਿਲ ਨਹੀਂ ਆਉਂਦਾ ਸੀਗਾ ਜੀ ਉਹ ਹਾਂ ਤੇਰੀ ਸ਼ਾਨ ਬਣੀ ਰਹੇ ਅਸੀਂ ਸਿਰ ਨੂੰ ਝੁਕਾਇਆ ਤੂੰ ਤੇਰਾ ਰੱਬ ਬਣ ਬੈਠਾ ਰੱਬ ਦਾ ਭਲਾ ਹਾਂ ਰੱਬ ਦਾ ਭਲਾ ਕੇ ਦਿਲ ਕਿਸੇ ਦਾ ਦਿਖਾਉਣਾ ਹੀ ਨਹੀਂ ਰੱਬ ਵਾਲੇ ਕੰਮ ਐਵੇਂ ਖੁਦ ਨੂੰ ਨਾ ਰੱਖ ਲਈਂ ਪਲੇਖਿਆਂ ਚ ਪਾ ਕੇ ਹਾਂ ਗੂੰਦ ਸਮੇਂ ਵਾਲੀ ਹਰ ਟੁੱਟੀ ਚੀਜ਼ ਨੂੰ ਜੋੜ ਦੇਵੇ ਥੋੜਾ ਜੋੜ ਦੇ ਸੇ ਦੇਖ ਜੇ ਧਿਆਨ ਕੋਈ ਲਾ ਕੇ ਹਾਂ ਮੈਂ ਵੀ ਸਾਰ ਨੂੰ ਜੇ ਤੇਰੇ ਪਿੰਡਾਂ ਸਾਰ ਜੂਗਾ ਮੇਰਾ ਤੇਰੇ ਦਿੱਤੇ ਹਰ ਜ਼ਖਮ ਤੇ ਪੱਟੀਆਂ ਬਣਾ ਕੇ ਹਾਂ ਅਸੀਂ ਮੰਨਿਆ ਕਿ ਤੇਰੀ ਸਾਡੇ ਸ਼ਹਿਰ ਚ ਪਛਾਣ ਘਟ ਮੰਗਲ ਦੀ ਪੁੱਛੀ ਕਦੀ ਠੇਕਿਆਂ ਤੇ ਜਾ ਕੇ ਤੇ ਇਹਦੀ ਇੱਕੋ ਵਾਰ ਹੀ ਗਾਇਆ ਇੱਕੋ ਵਾਰ ਕਮਲ ਨੇ ਗਾਇਆ ਵਿਕਟੋਰੀਆ ਇੱਕ ਸ਼ੋਅ ਚ ਹਾਂਜੀ ਹਾਂਜੀ ਤੇ ਮੇਰਾ خیال ਅਸੀਂ ਬਿਹਾਈਂਡ ਦਾ ਸੀਨ ਚ ਪਾਇਆ ਸੀਗਾ 2004 ਹਾਂਜੀ ਤੇ ਕੁਦਰਤੀ ਮੈਨੂੰ ਵੀ ਯਾਦ ਸੀਗਾ ਜੀ ਇਹ ਕਈ ਵਾਰੀ ਨਹੀਂ ਯਾਦ ਹੁੰਦਾ ਉਹਨੇ ਕੀ ਕਰ ਲੈਣਾ ਨਹੀਂ ਕਈ ਵਾਰੀ ਨਹੀਂ ਇਹ ਤਾਂ ਕੋਈ ਮਾਨ ਵਾਲੀ ਗੱਲ ਨਹੀਂ ਹੈ ਕਈ ਜੀ ਭੁੱਲ ਜਾਂਦਾ ਜੀ ਬੰਦੇ ਸੱਤਿਆ ਮਾਨਾ ਜੀ ਮਾਨ ਕਿੱਧਰ ਨੂੰ ਚੱਲ ਜਾਣਾ ਇਹਦਾ ਕੀ ਕਹਿ ਸਕਦੇ ਹਾਂ ਜੀ ਹੁਣ ਆਪਾਂ ਗੱਲ ਕਰ ਰਹੇ ਆ ਮਾਨ ਮਾਨ ਨੂੰ ਇਹਦਾ ਚਲੋ ਮੰਗਲ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਇੰਟਰਸਟਿੰਗ ਵਧੀਆ ਗੱਲਬਾਤ ਹੋਈ ਆ ਠੀਕ ਆ ਜੀ ਠੀਕ ਆ ਧੰਨਵਾਦ ਤੁਹਾਡਾ ਮੈਨੂੰ ਕਹਿੰਦੇ ਹੁੰਦੇ ਮੈਨੂੰ ਕਿਸੇ ਨੇ ਲਿਖਿਆ ਵੀ ਸਿਕਾ ਕਹਿੰਦੇ ਜੀ ਦੋ ਪੋਡਕਾਸਟਾਂ ਕਰੋ ਇੱਕ ਸ਼ੁੱਕਰਵਾਰ ਨੂੰ ਕਰ ਦਿਆ ਕਰੋ ਆਮ ਤੇ ਇੱਕ ਮੰਗਲਵਾਰ ਨੂੰ ਮੰਗਲ ਹੋਣਾ ਨਾ <laughs> अच्छा अच्छा जी अच्छा ये ਗੱਲ ਇਦਾਂ ਹੈ ਜੀ ਹਾਂਜੀ ਹਾਂਜੀ ਜਿਹੜਾ ਮੈਨੂੰ ਪੁੱਛਿਆ ਕਿਸੇ ਨੇ ਸਵਾਲ ਪੁੱਛਿਆ ਵੀ ਜਿਹੜਾ ਲਿਖਣਾ ਹੈ ਕਿਦਾਂ ਕਿਦਾਂ ਮਹਿਸੂਸ ਹੁੰਦਾ ਜਦੋਂ ਲਿਖਣ ਦਾ ਕੋਈ ਆਈਡੀਆ ਆਉਂਦਾ ਹਨਾ ਮੈਂ ਕਿਹਾ ਵੀ ਜਿਵੇਂ ਇਦਾਂ ਮਹਿਸੂਸ ਹੁੰਦਾ ਵੀ ਜਿਵੇਂ ਕਿਸੇ ਨੂੰ ਕਹਿ ਦੇ ਵੀ ਤੇਰੀ ਲਾਠਰੀ ਨਿਕਲਾਈ ਹਮਮ ਇੱਕਦਮ ਬੰਦਾ ਟੁੱਟ ਕੇ ਉਧਰ ਚੜ ਜਾਂਦਾ ਜਾਂ ਉਹ ਉੱਥੇ ਆ ਕੋਈ ਦੁਰਘਟਨਾ ਹੋ ਗਈ ਟੁੱਟ ਨਹੀਂ ਜਾਂਦਾ ਹਾਂ ਤੇ ਉਸ ਤੋਂ ਬਾਅਦ ਮੈਂ ਕਿਹਾ ਇਦਾਂ ਇਹੀ ਗੱਲ ਆ ਵੀ ਜਿਵੇਂ ਮੈਂ ਜਦੋਂ ਤੁਹਾਡੇ ਨਾਲ ਗੱਲਾਂ ਕਰਦੇ ਆ ਹਨਾ ਤੇ ਆ ਜਿਹੜੀ ਦੁਨੀਆ ਜਿੱਥੇ ਮੈਂ ਬੈਠਾ ਇੱਥੋਂ ਵੀ ਕਿਤੇ ਹੋਰ ਚਲ ਜਾਈਦਾ ਹਾਂਜੀ ਫਿਰ ਉਹ ਗੱਲਾਂ ਤੋਂ ਵੀ ਉੱਥੋਂ ਕਿਤੇ ਹੋਰ ਚਲ ਜਾਈਦਾ ਵੀ ਸੱਚਮੁੱਚ ਹੀ ਮਾਰਨਾ ਜਿਹੜਾ ਪੰਛੀ ਹੋ ਜਾਂਦਾ ਹਾਂ ਤੇ ਉਹ ਇਸ ਕਰਕੇ ਜਿਹੜੇ ਦੁੱਖ ਸੋਖਾ ਜ਼ਿੰਦਗੀ ਦੇ ਉਹ ਵੀ ਬਹੁਤ ਵਧੀਆ ਜਿਹੜੇ ਕਈ ਦਿਨ ਇਹੋ ਜਿਹੇ ਹੰਢਾਏ ਹੋਏ ਜ਼ਿੰਦਗੀ ਚ ਹੰਦਾ ਜੀ ਉਹਨੇ ਵਧੀਆ ਲੱਗਦੇ ਆ ਬਾਅਦ ਦੇ ਵਿੱਚ ਸਕੂਨ ਦਿੰਦੇ ਆ ਬੰਦੇ ਦੀ ਉਹ ਪਾਵਰ ਬਣ ਜਾਂਦੇ ਆ ਬਣ ਜਾਂਦੇ ਆ ਹਾਂਜੀ 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 ਜਿਹੜਾ ਚੰਗਾ ਦਿਨ ਹੁੰਦਾ ਜੀ ਉਹ ਭੁੱਲ ਜਾਂਦਾ ਜਿਹੜਾ ਕੋਈ ਸਬਕ ਖਿਆ ਹੁੰਦਾ ਉਹ ਚੀਜ਼ਾਂ ਬੰਦੇ ਨੂੰ ਯਾਦ ਰਹਿੰਦੀਆਂ ਮੇਰੀਆਂ ਤੋਂ ਲੈਣਾ ਵੀ ਆ ਜੀ ਕਹਿੰਦਾ ਕਿ ਦੁੱਖੜੇ ਮੇਰੇ ਸੱਚੇ ਸਾਥੀ ਨਾਲ ਨਾਲ ਜੋ ਰਹਿੰਦੇ ਹਾਂਜੀ ਖੁਸ਼ੀਆਂ ਦੇ ਪਲ ਪੰਛੀਆਂ ਵਰਗੇ ਝੱਟ ਦੂਰ ਜਾ ਬਹਿੰਦੇ ਹਾਂ ਹਾਂਜੀ ਸਚਾਈ ਹੈ ਜੀ ਤੇ हां दुखड़े में, हा, <laughs> 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 में तो हंजू मंगण हा हासे मंगण चोरी चोरी किथों रोज खवावा मेरी भी मजबूरी हां मैं ने तो बहुत कुछ लिखया बहुत कुछ लिखया महाराज ते पर ओही गल के जेडी ਸਾਡੀ ਗੱਲਬਾਤ ਹੁੰਦੀ ਜੀ ਉਹ ਬੜੀ ਇੰਗੇਜਿੰਗ ਹੁੰਦੀ ਆ ਤੇ ਉਹਦੇ ਨਾਲ ਆਪਣੇ ਆਪ ਨੂੰ ਬੜੀ ਖੁਸ਼ੀ ਮਿਲਦੀ ਆ ਤੇ ਮੈਨੂੰ ਆਸ ਹੈ ਕਿ ਸਾਰਿਆਂ ਨੂੰ ਪਸੰਦ ਵੀ ਆਊਗੀ ਤੇ ਬਹੁਤ ਬਹੁਤ ਧੰਨਵਾਦ ਮਹਾਰਾਜ ਥੈਂਕ ਯੂ ਜੀ ਥੈਂਕ ਯੂ ਮਿਹਰਬਾਨੀ ਜੀ ਬਹੁਤ ਬਹੁਤ ਤੇ ਸਾਰੇ ਸੁਣਨ ਵਾਲਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪੰਜਾਬੀ ਪੌਡਕਾਸਟ ਨੂੰ ਸੁਣਨ ਲਈ ਬਹੁਤ-ਬਹੁਤ ਧੰਨਵਾਦ ਅਸੀਂ ਹਰ ਸ਼ੁੱਕਰਵਾਰ ਇੱਕ ਨਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਆਉਂਦੇ ਆਂ ਪੰਜਾਬੀ ਪੌਡਕਾਸਟ ਨੂੰ ਫੋਲੋ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਇਹਨੂੰ ਸ਼ੇਅਰ ਵੀ ਜ਼ਰੂਰ ਕਰੋ ਜਿੱਥੇ ਵੀ ਹੋ ਸਕਦਾ ਇਹਨੂੰ ਸ਼ੇਅਰ ਕਰੋ ਜਿੰਨਾ ਵੀ ਹੋ ਸਕਦਾ ਸ਼ੇਅਰ ਕਰੋ ਅਗਲੇ ਹਫ਼ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਤਦ ਤੱਕ ਲਈ ਮੈਨੂੰ ਆਗਿਆ ਦਿਓ ਸੰਗਤਾਰ ਵੱਲੋਂ ਸਭ ਨੂੰ ਬਹੁਤ-ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ